ਤੋ 1 ਮਹੀਨਾ ਤਾ ਸਾਨੂੰ ਇਹ ਨਹੀਂ ਪਤਾ ਸੀ ਕਿ ਉਹ ਜਿੰਦਾ ਵੀ ਹੈ ਜਾਂ ਸ਼ਹੀਦ ਹੋ ਗਿਆ ਸਭ ਪਿੰਡ ਇਹ ਕਹਿਣਾ ਸੀਗਾ ਕਿ ਜੀ ਹੁਣ ਤਾਂ ਕੋਈ ਨਹੀਂ ਬਚੇਗਾ ਉੱਥੋਂ ਵੀ ਜਦ ਸਾਡਾ ਕਾਲ ਤਖਸਾਲ ਵੀ ਢਹਿ ਢੇਰੀ ਕਰਤਾ ਹੈ ਨਾ ਲੱਖਾਂ ਦੀ ਗੇਂਦ ਚ ਸੰਗਤ ਮਰ ਗਈ ਉੱਥੇ ਵੀ ਅਸੀਂ ਕਿਹੜਾ ਉਮੀਦ ਕਰ ਸਕਦੇ ਹਾਂ ਉੱਥੇ ਤੇ ਉਹ ਚੀਜ਼ਾਂ ਸਾਨੂੰ ਬਹੁਤ ਉਹ ਲੱਗ ਰਹੀਆਂ ਸੀ ਉਸ ਟਾਈਮ ਕਿ ਯਾਰ ਵੀ ਸਾਰਾ ਪਰਿਵਾਰ ਜਿਵੇਂ ਹੋ ਗਿਆ ਹੋਵੇ ਨਾ ਵੀ ਕੋਈ ਖ਼ਬਰ ਨਹੀਂ ਸੀ ਸਭ ਸੁਣਦੇ ਸੀ ਰੇਡਾਂ 'ਤੇ ਕਿ ਹਾਂ ਉੱਥੇ ਦੇ ਹਾਲਾਤ ਨੇਗੇ ਉਹ ਸੁਣ ਕੇ ਹੋਰ ਡਰ ਲੱਗਦਾ ਸੀਗਾ ਕਿਉਂਕਿ ਸਾਰੇ ਪੰਜਾਬ ਵਿੱਚ ਹੀ ਕਰਫੂ ਲੱਗੇ ਹੋਏ ਸਨ ਇਸ ਤਰੀਕੇ ਦੇ ਹਾਲਾਤ ਸੀਗੇ ਜ਼ਿਕਰ ਵੀ ਆਪਾਂ ਇਤਿਹਾਸ ਪੜ੍ਹਦੇ ਹਾਂ ਵੀ ਹਾਂ ਬੱਚੇ ਨੂੰ ਉੱਪਰ ਸਿੱਟਦੇ ਸੀਗੇ ਹਾਂ ਬਾਸਾ ਥੱਲੇ ਕਰ ਦਿੰਦੇ ਸੀ ਬੱਚਾ ਸ਼ਹੀਦ ਹੋ ਜਾਂਦਾ ਸੀ ਹਾਂ ਕਹਿੰਦੇ ਸੇਵ ਹਾਲਾਤ ਦੇਖ ਕੇ ਬਸ ਹਥਿਆਰ ਬਦਲੇ ਸੀਗੇ ਅੱਛਾ ਉਹ ਬੱਚਾ ਉੱਪਰ ਸਿੱਟਦੇ ਸੀਗੇ ਹੱਲੋ ਬ੍ਰੈਸ਼ਟ ਮਾਰਦੇ ਸੀ ਉਹ ਬੱਚਾ ਖਤਰੋਂ ਸੀ ਟਾਈਮ ਜੀ ਜਿਉਂਦੇ ਅਨੁਸਾਰ ਰਹੇ ਸੀ ਕਿ ਕਿਸ ਤਰੀਕੇ ਨਾਲ ਤੁਸੀਂ ਕਹਿੰਦੇ ਵੀ ਪੂਰੀ ਨਹੀਂ ਸਿਰ ਜਿਵੇਂ ਲਾਸਾਂ ਹੋ ਗਈਆਂ ਹੂੰ ਕਹਿੰਦੇ ਉਹ ਵੇੜੇ ਵਿੱਚ ਨਾ ਲਾਸਾਂ ਪਈਆਂ ਸੀ ਬਹੁਤ ਸਾਰੀਆਂ ਅੱਛਾ ਦੋ ਤਿੰਨ ਸੌ ਲਾਸਾਂ ਪਈਆਂ ਸੀ ਵੀ ਸਾਰੀਆਂ ਪ੍ਰਕਾਰਾਂ ਬੰਨੇ ਭਰੀਆਂ ਪਈਆਂ ਸੀ ਖੂਨ ਦੇ ਨਾਲ ਹੂੰ ਲਾਸਾਂ ਦੇ ਨਾਲ ਉਹਦੇ ਉੱਪਰ ਪੈਟਰੋਲ ਸੜਕ ਦੇ ਨਾਲ ਲਾਸਾਂ ਦੇ ਉੱਪਰ ਉੱਪਰ ਗੋਲੀ ਚਲਾਦੇ ਨਹੀਂ ਉੱਤਰ ਅੱਗ ਲਾਦੇ ਨਹੀਂ ਉਹਨੂੰ ਪਲਾਸਾਂ ਨੂੰ ਜਿਹੜੇ ਕੋਲ ਬੈਠੇ ਨੇ 2-300 ਯਾਤਰੂਆਪਣੇ ਜਿਹੜੇ ਗਏ ਸੀਗੇ ਹੂੰ ਕਦੇ ਇਸ ਤਰ੍ਹਾਂ ਉਹਨਾਂ ਨੂੰ ਵੀ ਸਹੀਦ ਕਰ ਦਿੰਦੇ ਸੀ ਫਿਰ ਉਹ ਕਹਿੰਦਾ ਸੀ ਰੋਟੀ ਖਾਣ ਲੱਗਣਾ ਉੱਥੇ ਅਸੀਂ ਵੀ ਰੋਟੀ ਖਾਂਦੇ ਖਾਂਦੇ ਸਾਡੇ ਵਿੱਚ ਉਹਨਾਂ ਨੇ ਵੀ ਕੁੱਤੇ ਛੱਡਦੇ ਨੇ ਅੱਛਾ ਵੀ ਜਿਨ੍ਹਾਂ ਨੂੰ ਉਹ ਹਥਿਆਰ ਸੰਭਾਏ ਹੋਏ ਸੀ ਉੱਥੇ ਉਹਨਾਂ ਨੇ ਤਾਂ ਉਹ ਦੇਖਿਆ ਕਿ ਕੁੱਤੇ ਛੱਡ ਕੇ ਜਿਹਦੀ ਸਨਾਗਤ ਹੋ ਜਾਂਦੀ ਸੀ ਉਹਨੂੰ ਚੱਕ ਕੇ ਲੈ ਜਾਂਦੇ ਸੀ ਲੱਗ ਉਹ ਹੂੰ ਉੱਥੇ ਐਸੀ ਕਿਤੇ ਰੋਟੀ ਦੇ ਨੀਚੇ गिर ਗਈ ਤੁਹਾਨੂੰ ਜਿਹੜ ਰੇਤਾ ਲੱਗ ਗਿਆ ਉਹਨੂੰ ਵੀ ਤੁਹਾਨੂੰ ਖਾਣੀ ਪੈਂਦੀ ਸੀ ਉਹ ਅੱਛਾ ਵੀ ਵੀ ਇਸ ਤਰ੍ਹਾਂ ਦੇ ਹਾਲਾਤ ਸੀ ਉੱਥੇ ਉਹ ਦਿਨ ਡੂੰਮ ਸੇੜੀ ਦੀ ਇਹ ਗੱਲ ਸੀ ਉੱਥੇ ਸੌ ਖਾ ਕੇ ਗਿਆ ਸਰ ਉਹ ਪਤਾ ਨਹੀਂ ਜਿਵੇਂ ਕਿਸੇ ਨੂੰ ਪਤਾ ਹੀ ਹੁੰਦਾ ਉਹ ਕਹਿੰਦਾ ਵੀ ਜਾ ਤਾਂ ਮੈਂ ਅੱਜ ਮਰ ਕੇ ਆਉਂਗਾ ਵਾਪਸ ਨਹੀਂ ਆਣਾ ਜੇ ਆਇਆ ਤਾਂ ਆਰਮ ਸਿੰਘ ਨੂੰ ਨਾਲ ਲੈ ਕੇ ਆਉਂਗਾ ਉਹ ਦਿਨ ਐਡੀ ਗੱਲ ਕਰਕੇ ਗਿਆ ਉਹ ਉੱਥੇ ਸਰ ਜਾ ਕੇ ਜਿਸ ਟਾਈਮ ਉਹਦੀ ਗੱਡੀ ਡੂੰਮ ਸੇੜੀ ਸਾਹਿਬ ਦੀ ਟਰੱਕ ਦੇ ਬਰਾਬਰ ਪਹੁੰਚੀ ਤਾਂ ਐਨੇ ਕਿ ਬ੍ਰੇਸ਼ਟ ਮਾਰੇ ਕਿ ਉਹਨਾਂ ਦੀ ਗੱਡੀ ਉਹ ਖਤਮ ਕਰ ਦਿੱਤੀ ਸਰ ਸਾਡੇ ਅੱਖੀਂ ਦੇਖਦੇ ਦੇਖਦੇ ਫਿਰ ਕੋਲੇ ਆਏ ਉਹ ਗੱਲਾਂ ਕਰਨ ਲੱਗੇ ਸਰ ਉਹੀ ਗੱਲਾਂ ਕਰਦੇ ਕਰਦੇ ਹੂੰ ਗੱਲਾਂ ਕਰਦੇ ਮੈਨੂੰ ਕਹਿੰਦੇ ਵੀ ਇੱਕ ਗੱਲ ਆ ਵੀ ਹੁਣ ਪਤਾ ਨਹੀਂ ਆਪਣੀ ਆਖਰੀ ਮੁਲਾਕਾਤ ਹੀ ਹੋਵੇ ਹੂੰ ਚਲੋ ਮੈਂ ਹੱਸਣ ਲੱਗਾ ਵੀਰ ਤੂੰ ਇੱਥੇ ਮੇਰੇ ਕੋਲ ਰਹਿ ਪਾ ਚੰਡੀਗੜ੍ਹ ਹੂੰ ਵੀ ਜਦ ਤੂੰ ਹੋ ਗਿਆ ਫਿਰ ਉਹਦੇ ਮਨ ਚ ਇੱਕੋ ਗੱਲ ਸੀਗਾ ਜੇ ਮੈਂ ਭੱਜਣਾ ਹੀ ਹੋਵੇ ਮੈਂ ਬਾਹਰ ਭੱਜ ਜਾ ਮੈਨੂੰ ਇਹਨੇ ਮਾਰ ਦੇਣਾ ਪੁਲਿਸ ਨੇ ਕਹਿੰਦਾ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਮਾਰਨਾ ਤਾਂ ਹੈ ਇੱਕ ਦਿਨ ਵੀ ਪਰ ਉਹਨੂੰ ਇਹ ਗੱਲ ਸਾਰੀ ਪਤਾ ਸੀ ਪਹਿਲਾਂ ਪਰ ਉਹ ਕਹਿੰਦਾ ਸੀ ਪਿੱਠ ਦਿਖਾ ਕੇ ਨਹੀਂ ਭੱਜਣਾ ਪੰਥ ਨੂੰ ਉਹ ਤੇ ਵਿਚਾਰੇ ਤੇ ਬੰਦ ਬੰਦ ਇਕੱਠੇ ਹੋਏ ਸੀ ਦੇਖੇ ਹੋਏ ਸਾਰੇ ਸਰ ਗਾਰਮ ਸਰியே ਕੱਟ ਕੇ ਇੱਥੋਂ ਕੱਢੇ ਵੇ ਪੁਲਿਸ ਨੇ ਹਮ ਸਰਿਆਂ ਉਹਨਾਂ ਦੇ ਫਿਰ ਜਿਸ ਟਾਈਮ ਉਹ ਇਹ ਗੱਲ ਹੋ ਗਈ ਫਿਰ ਉਸ ਤੋਂ ਅਸੀਂ ਗਏ ਇੱਕ ਦਿਨ ਉੱਥੇ ਸਾਨੂੰ ਉਹਨੇ ਕਵਰਾ ਕੋਲ ਟਾਵ ਵਾਲਾ ਜਦ ਅਸੀਂ ਕਮਰਾ ਸਰ ਉਹ ਦੇਖਿਆ ਉਹਨਾਂ ਨੇ ਪੂਰੀ ਦੁਵਾਰਾਂ ਪਰ ਆਪਣਾ ਨਾਮ ਲਿਖ ਰੱਖਿਆ ਸੀਗਾ ਅੱਛਾ ਨੌ ਦੇ ਨਾਲ ਰੱਖਣ ਆਰਾਮ ਸਿੰਘ ਬਿਲਿੰਗ ਆਰਾਮ ਸਿੰਘ ਬਿਲਿੰਗ ਉਹ ਉਹਨਾਂ ਨੂੰ ਪੇਟ ਕਰ ਰਹੇ ਸੀਗਾ ਅੱਜ ਤਰ ਪਰਿਵਾਰ ਨੂੰ ਕਿੰਨੀ ਇੱਕ ਕਮੀ ਮਹਿਸੂਸ ਹੁੰਦੀ ਆ ਐਂ ਤਾਂ ਨਹੀਂ ਲੱਗਦਾ ਵੀ ਯਾਰ ਜੇ ਉਹ ਰਾਏ ਨਾ ਜਾਂਦੇ ਤਾਂ ਸ਼ਾਇਦ ਉਹ ਵੀ ਅੱਜ ਤੁਹਾਡੇ ਨਾਲ ਹੁੰਦੇ ਜੋ ਅੱਜ ਦੇ ਆਪਾਂ ਗੱਲ ਕਰਦੇ ਆ ਸਰ ਕੋਈ ਬੰਦਾ 1983 ਵਿੱਚ ਅਮਰੀਕਾ ਵੀ ਸੈੱਟ ਹੋ ਗਿਆ ਸਰ ਹੂੰ ਅੱਜ ਉੱਥੇ ਸੈੱਟ ਹੋਣ ਤਾਂ ਉਹ ਬੰਦਾ ਕਿਉਂ ਸੋਚੂਗਾ ਨਤੀਜਿਆਂ ਬਾਰੇ ਪਰ ਉਸ ਟੇਮ ਸਭ ਕੋ ਸੱਟ ਕੇ ਆ ਗਏ ਅਮਰੀਕਾ ਨੂੰ ਟੋਕਰ ਮਾਰ ਕੇ ਆ ਗਏ ਸਾਰਾ ਪਰਿਵਾਰ ਉਹ ਮਹੀਨਾ ਐ ਸਾਥੀ ਕਿ ਕਸੀ ਪੂਰਾ ਪਰਿਵਾਰ ਸੀ ਇੱਕ ਦੂਜੇ ਨਾਲ ਅੱਖਾਂ ਨਹੀਂ ਮਿਲਾਉਂਦੇ ਸੀ ਕਿਉਂਕਿ ਹਰ ਇੱਕ ਇੱਕ ਦੂਜੇ ਤੋਂ ਚੋਰੀ ਰੋਦਾ ਰਹਿੰਦਾ ਸੀ ਜੂਨ ਮਹੀਨਾ ਜਦੋਂ ਵੀ ਆਉਂਦਾ ਏ ਤਾਂ ਸਿੱਖਾਂ ਦੇ ਹਿਰਦੇ ਬਲੁੰਦਰ ਕੇ ਰੱਖ ਦਿੰਦਾ ਏ 40 ਸਾਲ ਉਬੀਤ ਗਏ ਨੇ ਪਰ ਹਾਲੇ ਵੀ ਜਿਹੜੇ ਜ਼ਖਮ ਨੇ ਉਹ ਹੱਲੇ ਨੇ ਇਹਨਾਂ ਦਿਨਾਂ ਦੇ ਅੰਦਰ ਆ ਕੇ ਬਹੁਤ ਸਾਰੇ ਲੋਕ ਤਾਂ ਆਪਣੇ ਘਰਾਂ ਦੇ ਵਿੱਚ ਪੁੰਜੇ ਤੱਕ ਪੈਂਦੇ ਨੇ ਕਿਉਂਕਿ ਇਹਨਾਂ ਦਿਨਾਂ ਦੇ ਜਿਹੜੇ ਜ਼ਖਮ ਦਿੱਤੇ ਹੋਏ ਨੇ 40 ਸਾਲ ਪਹਿਲਾਂ ਜੋ 1984 ਦੇ ਅੰਦਰ ਸਤਾਤਰ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਜੋ ਪੰਜਾਬ ਨੂੰ ਜ਼ਖਮ ਦਿੱਤੇ ਜੋ ਸਿੱਖ ਕੌਮ ਨੂੰ ਜ਼ਖਮ ਦਿੱਤੇ ਉਹਨਾਂ ਦਾ ਸੰਤਾਪ ਹਲੇ ਤੱਕ ਵੀ ਬਹੁਤ ਸਾਰੇ ਪਰਿਵਾਰ ਭੋਗ ਰਹੇ ਨੇ ਕਿਸੇ ਦਾ ਪੁੱਤ ਘਰੋਂ ਗਿਆ ਕਿਸੇ ਦਾ ਭਰਾ ਘਰੋਂ ਗਿਆ ਕਿਸੇ ਦਾ ਪਿਓ ਘਰੋਂ ਗਿਆ ਸੀਗਾ ਤਾਂ ਉਹ ਹਲੇ ਤੱਕ ਵਾਪਸ ਨਹੀਂ ਪਰਤੇ ਅੱਖਾਂ ਹਜੇ ਵੀ ਜਿਹੜੀਆਂ ਪਰਿਵਾਰਕ ਮੈਂਬਰਾਂ ਦੀਆਂ ਉਡੀਕ ਰਹੀਆਂ ਨੇ ਬਹੁਤ ਸਾਰੇ ਨੌਜਵਾਨ ਲਾਪਤਾ ਹੋਏ ਬਹੁਤ ਸਾਰਿਆਂ ਦੇ ਝੂਠੇ ਮੁਕਾਬਲੇ ਬਣਾ ਦਿੱਤੇ ਗਏ ਉਹਨਾਂ ਦੇ ਵਿੱਚੋਂ ਹੀ ਇੱਕ ਨਾਮ ਆਉਂਦਾ ਏ ਪੱਤਰਕਾਰ ਰਾਮ ਸਿੰਘ ਬਲਿੰਗ ਇਹ ਉਹ ਨਾਮ ਆ ਜਿਹੜਾ ਟੂੜ ਦੇ ਪੰਨਿਆਂ ਦੇ ਦੱਬ ਕੇ ਰਹਿ ਗਿਆ ਪਰ ਸਾਡੀ ਕੋਸ਼ਿਸ਼ ਸੀ ਕਿ ਅਸੀਂ ਉਹਨਾਂ ਨਾਵਾਂ ਨੂੰ ਉਹਨਾਂ ਸ਼ਹੀਦੀਆਂ ਨੂੰ ਅਸੀਂ ਲੋਕਾਂ ਦੇ ਮੂਹਰੇ ਰੱਖੀਏ ਜਿਨ੍ਹਾਂ ਨੂੰ ਅੱਜ ਕੌਮ ਕੇਤਨਾਂ ਕੇਤੇ ਭੁੱਲਦੀ ਜਾ ਰਹੀ ਆ ਉਹਨਾਂ ਦੇ ਹੀ ਭਰਾ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ 84 ਦੇ ਦਿਨ ਚੱਲ ਰਹੇ ਨੇ ਉਹ ਜੂਨ ਮਹੀਨਾ ਚੱਲ ਰਿਹਾ ਇਹ ਕਿੰਨਾ ਕੋਖਾ ਹੁੰਦਾ ਸਮਾਂ ਉਹਨਾਂ ਦਾ ਕੀ ਸੰਘਰਸ਼ ਸੀਗਾ ਉਸ ਦੇ ਉੱਤੇ ਗੱਲਬਾਤ ਕਰਾਂਗੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਪੱਤਰਕਾਰ ਰਾਮ ਸਿੰਘ ਬਲਿੰਗ ਐਡੀ ਵੱਡੀ ਸ਼ਹਾਦਤ ਕਿਵੇਂ ਜਿਹੜੀ ਪੰਨਿਆ ਹੇਠਾਂ ਦੱਬੀ ਰਹੀ ਗਈ ਕਿਵੇਂ ਇਹ ਪਰਿਵਾਰ ਦੇ ਅੰਦਰ ਜਿਹੜਾ ਇਹ ਸੇਵਾ ਭਾਵਨਾ ਆਉਂਦੀ ਆ 84 ਦੇ ਦਿਨ ਆਉਂਦੇ ਨੇ ਜੀ ਉਦੋਂ ਕਿੰਨਾ ਕੁਝ ਯਾਦ ਆਉਂਦਾ ਹੈ ਸਰ ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਜਿਹੜੀ ਇਹ ਭਾਵਨਾ ਸਾਡੀ ਸਾਡੇ ਪਰਿਵਾਰ ਦੇ ਵਿੱਚੋਂ ਹੀ ਸਾਨੂੰ ਗੋੜਤੀ ਚ ਮਿਲੀ ਹੈ ਹਮ ਸਭ ਤੋਂ ਪਹਿਲਾਂ ਮੇਰੇ ਦਾਦਾ ਜੀ ਸਰ ਬਾਬਾ ਦੀਵਾਨ ਸਿੰਘ ਜੀ ਜਿਨ੍ਹਾਂ ਨੇ 21 ਸਾਲ ਸੰਤ ਵਪਾ ਅਤਰ ਸਿੰਘ ਜੀ ਮਾਸਤੌਰਨ ਸਾਹਮਣੇ ਸੇਵਾ ਕਰੀ ਰਿਹਾ ਕੇ ਉਹਨਾਂ ਚਰਨਾਂ ਵਿੱਚ ਰਹਿ ਕੇ ਉਸ ਤੋਂ ਬਾਅਦ ਸਾਡੇ ਮੇਰੇ ਪਿਤਾ ਜੀ ਸਾਰੀ ਉਮਰ ਨਿਸ਼ਕਾਮ ਸੇਵਾ ਕਰਦੇ ਰਹੇ ਹਿਮਿੰਤ ਸਿੰਘ ਜੀ ਕੀਰਤਨ ਕਰਦੇ ਸੀ ਲੋਕਾਂ ਨੂੰ ਸੰਥਿਆ ਦਿੰਦੇ ਸੀਗੇ ਸਾਰੀ ਉਮਰ ਉਹਨਾਂ ਨੇ ਇਸੇ ਤਰ੍ਹਾਂ ਬਤੀਤ ਕੀਤੀ ਸਰ ਉਸ ਤੋਂ ਬਾਅਦ RAM ਸਿੰਘ ਦਾ ਨਾਮ ਆਂਦਾ ਵੱਡੇ ਭਰਾ ਸੀ ਮੇਰੇ ਹੂੰ ਸਾਡੇ ਪਰਿਵਾਰ ਵਿੱਚ ਸਭ ਤੋਂ ਵੱਡੇ ਸੀ ਸਰ ਉਹ ਤੇ ਸਾਡਾ ਪਰਿਵਾਰ ਸੀਗਾ ਤਿੰਨ ਭਰਾ ਸੀ ਅਸੀਂ ਤਿੰਨ ਭੈਣਾਂ ਦਾ ਵੱਡੀ ਕਬੀਲਦਾਰੀ ਸੀ ਸਾਡੇ ਤੇ ਉਸ ਦੀ ਗੱਲ ਕਰੀਏ ਕਿ ਇਹਨਾਂ ਨੂੰ ਸ਼ੁਰੂ ਤੋਂ ਹੀ ਉਹ ਗੁਰਸਿੱਖੀ ਵਾਲਾ ਜੋ ਕਿ ਸੇਵਾ ਭਾਵਨਾ ਸੀ ਲੋਕਾਂ ਦੀ ਉਹ ਇਹਨਾਂ ਦੇ ਮਨ ਦੇ ਵਿੱਚ ਸ਼ੁਰੂ ਤੋਂ ਸੀਗੀ ਹੂੰ ਸ਼ੁਰੂ ਦੀ ਗੱਲ ਕਰੀਏ ਕਿ ਜਿਵੇਂ ਕਹਿੰਦੇ ਇਹਨਾਂ ਨੂੰ ਇਨਸਾਨਾਂ ਨਾਲ ਬਹੁਤ ਜ਼ਿਆਦਾ ਪਿਆਰ ਸੀਗਾ ਜੀ ਜਿਵੇਂ ਹੁਣ ਆਪਾਂ ਗੱਲ ਸੁਣਦੇ ਆ ਸਰ ਜਿਸ ਟਾਈਮ ਆ ਪੁਰਾਣੇ ਸਮੇਂ ਵਿੱਚ ਚਲੇ ਜਾਈਏ ਜਿਸ ਟਾਈਮ ਇਹ ਛੋਟੀ ਉਮਰ ਵਿੱਚ ਸੀਗੇ ਉਸ ਟਾਈਮ ਸਾਡੇ ਪੰਜਾਬ ਵਿੱਚ ਨਾ ਸਰ ਜ਼ਿਆਦਾਤਰ ਕੋਈ ਸਾਨੂੰ ਸਹੂਲਤਾ ਨਹੀਂ ਹੁੰਦੀਆਂ ਸੀ ਹੂੰ ਹਸਪੀਟਲ ਵਗੈਰਾ ਲਗਾ ਲੋ ਕੁਝ ਵੀ ਉਸ ਟਾਈਮ ਇਹ ਮੁੰਡਿਆਂ ਨਾਲ ਮਿਲ ਕੇ ਇਕੱਠੇ ਹੋ ਕੇ ਹਰ ਸਾਲ ਨਾ ਪਿੰਡਾਂ ਵਿੱਚ ਕੈਂਪ ਲਗਾਉਂਦੇ ਸੀ ਅੱਖਾਂ ਦਾ ਕੰਨਾਂ ਦਾ ਗਲੇ ਦਾ ਵੀ ਬਜ਼ੁਰਗਾਂ ਦੀ ਸੇਵਾ ਕਰਦੇ ਰਹਿੰਦੇ ਸੀ ਸਰ ਇਹ ਹੂੰ ਜਿਵੇਂ ਉਸ ਟਾਈਮ ਸਾਡੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਣ ਰਹੀ ਸੀ ਉਹਦੇ ਵਿੱਚ ਬਹੁਤ ਸੇਵਾ ਪਾਉਂਦੇ ਸੀ ਇਹ ਮੁੰਡਿਆਂ ਨੂੰ ਇਕੱਠੇ ਕਰਕੇ ਲੈ ਜਾਣਾ ਉੱਥੇ ਸੇਵਾ ਕਰਕੇ ਆਣੀ ਇਸ ਤਰ ਜਿਹੜੀ ਇਹ ਸੇਵਾ ਸਿਰ ਨੇ ਬਚਪਨ ਤੋਂ ਇਹਨਾਂ ਵਿੱਚ ਸੀ ਸਰ ਤੇ ਦੇ ਵਿੱਚ ਵੀ ਮਤਲਬ ਇਹਨਾਂ ਦੇ ਨਾਲ ਦੇ ਦੋਸਤ ਦੱਸਿਆ ਕਰਦੇ ਨੇ ਹੁਣ ਵੀ ਸਾਨੂੰ ਕਿ ਉਹ ਹਰ ਸਮੇਂ ਨਾ ਇੱਕ ਸ਼ਬਦ ਪੜ੍ਹਦੇ ਰਹਿੰਦੇ ਸੀਗੇ ਜਗਤ ਜਰੰਦਾ ਰੱਖ ਲੈ ਆਪਣੀ ਕਿਰਪਾ ਧਾਰ ਕਿ ਪਤਾ ਨਹੀਂ ਉਹਨਾਂ ਨੂੰ ਇਹ ਲੱਗਦਾ ਸੀ ਕਿ ਦੁਨੀਆ ਜਲ ਰਹੀ ਹੈ ਬਹੁਤ ਜ਼ਿਆਦਾ ਹੂੰ ਵੀ ਇਸ ਨੂੰ ਕਿਸੇ ਚੰਗੇ ਮਹਾਪੁਰਸ਼ ਦੀ ਲੋੜ ਹੈ ਉਹ ਇਸ ਚੀਜ਼ ਵਿੱਚ ਹਰ ਸਮੇਂ ਰਹਿੰਦੇ ਸੀ ਇਹ ਚੀਜ਼ਾਂ ਦੇ ਵਿੱਚ ਫਿਰ ਇਹ ਪਰਿਵਾਰ ਉਹਨਾਂ ਦੇ ਮਨ ਦੇ ਅੰਦਰ ਕਿਸ ਤਰੀਕੇ ਦੇ ਨਾਲ ਜਿਹੜਾ ਐਸ ਲਹਿਰ ਵੱਲ ਤੁਰਨ ਦਾ ਅਸਰ ਹੋਇਆ ਕਿਵੇਂ ਉਹ 84 ਦੇ ਵਿੱਚ ਜਿਹੜਾ ਕੱਲੂ ਕਾਰਾ ਹੋਇਆ ਉਹਦੇ ਵਿੱਚ ਕਿਵੇਂ ਐਂਟਰੀ ਕਿਵੇਂ ਹੁੰਦੀ ਹੈ ਕਿਉਂਕਿ ਸਾਨੂੰ ਪਤਾ ਲੱਗਿਆ ਕਿ ਇਹ ਉਹ ਵਿਦੇਸ਼ ਵੀ ਚਲੇ ਗਏ ਸਨ ਉਸ ਤੋਂ ਪਹਿਲਾਂ ਸਰ ਗੱਲ ਕਰੀਏ ਜਿਸ ਤੋਂ ਇਹਨਾਂ ਦੀ ਮੇਨ ਜ਼ਿਆਦਾਤਰ ਇਹਨਾਂ ਦੀਆਂ ਜਿਹੜੀਆਂ ਇਹਨਾਂ ਨੂੰ ਮਨੁੱਖੀ ਅਧਿਕਾਰਾਂ ਦੇ ਨਾਲ ਪਿਆਰ ਸੀਗਾ ਜਿਸ ਟਾਈਮ 75 ਦੇ ਵਿੱਚ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾਤੀ ਸੀ ਆਪਣੇ ਸਰ ਉਸ ਟਾਈਮ ਇਹਨਾਂ ਨੂੰ ਜ਼ਿਆਦਾ ਉਸ ਚੀਜ਼ ਦਾ ਅਸਰ ਹੋਇਆ ਇਹਨਾਂ ਦੇ ਪਰ ਉਸ ਟਾਈਮ ਇਹ ਜੇਲ੍ਹ ਵਿੱਚ ਚਲੇ ਜਾਂਦੇ ਨੇ ਐਮਰਜੈਂਸੀ ਦੇ ਖਿਲਾਫ ਸਰ ਆਪਣੇ ਹੋਰ ਦੋਸਤਾਂ ਨੂੰ ਲੈ ਜਾਂਦੇ ਨੇਗੇ ਉੱਥੋਂ ਗੱਲ ਕਰੀਏ ਕਿ ਇਹਨਾਂ ਦੇ ਦੋਸਤ ਹੁੰਦਾ ਸੀਗਾ ਉਹ ਆਰ.ਬੀ. ਦੇ ਵਿੱਚ ਸੀਗਾ ਗੁਰਦਰਸ਼ਨ ਸਿੰਘ ਸਾਡੇ ਪਿੰਡ ਦਾ ਉਹਦਾ ਕਾਫੀ ਕਰੀਬੀ ਦੋਸਤ ਸੀਗਾ ਇਹਨਾਂ ਦਾ ਉਹ ਮੈਨੂੰ ਹੁਣ ਚਿੱਠੀਆਂ ਮਿਲੀ ਇਹਨਾਂ ਦੀ ਬਾਅਦ ਦੇ ਵਿੱਚੋਂ ਉਹਨਾਂ ਨੇ ਚਿੱਠੀ ਲਿਖੀ ਸੀ ਨੂੰ ਕਿ ਤੂੰ ਜੇਲ੍ਹ ਕਿਉਂ ਚਲਾ ਗਿਆ ਹੂੰ ਤਾਂ ਇਹਨਾਂ ਨੇ 1975 ਦੀ ਗੱਲ ਕਰਦੇ 75 ਵਿੱਚ ਇਹਨਾਂ ਨੇ ਜਵਾਬ ਦਿੱਤਾ ਚਿੱਠੀ ਦਾ ਉਸ ਨੂੰ ਕਿ ਮੈਨੂੰ ਕੋਈ ਜ਼ਿੰਦਗੀ ਦਾ ਰਸਤਾ ਨਹੀਂ ਲੱਭ ਰਿਹਾ ਸੀਗਾ ਜਿਸ ਕਰਕੇ ਮੈਂ ਜ਼ਿੰਦਗੀ ਦਾ ਰਸਤਾ ਲੱਭਣ ਵਾਸਤੇ ਜੇਲ੍ਹ ਆ ਗਿਆ ਹੂੰ ਔਰ ਜੇਲ੍ਹ ਆ ਕੇ ਨੇ ਲਿਖਿਆ ਕਿ ਇੱਥੇ ਮੈਨੂੰ ਮਿਲਿਆ ਕਿ ਉਹ ਲਿਖਿਆ ਕਿ ਮੈਨੂੰ ਇੱਥੋਂ ਇੱਕ ਰਸਤਾ ਮਿਲ ਗਿਆ ਜ਼ਿੰਦਗੀ ਜੀਣ ਦਾ ਕਿ ਅੱਜ ਤੋਂ ਬਾਅਦ ਅਗਰ ਮੈਂ ਜੀਵਾਂਗਾ ਤਾਂ ਆਪਣੇ ਧਰਮ ਵਾਸਤੇ ਜੀਵਾਂਗਾ ਚਾਹੇ ਮੈਨੂੰ ਇਸ ਵਕਤ ਆਪਣੀ ਜਾਨ ਵੀ ਦੇਣੀ ਪੈ ਜਾਵੇ ਫਿਰ ਤੀਜੀ ਗੱਲ ਉਹਨੇ ਲਿਖੀ ਕਿ ਜ਼ਿੰਦਗੀ ਜੀਣ ਦਾ ਮੈਂ ਫੈਸਲਾ ਤਾਂ ਕਰ ਲਿਆ ਧਰਮ ਵਾਸਤੇ ਜੀਵਾਂਗਾ ਪਰ ਰਸਤਾ ਕਿਆ ਹੋਏਗਾ ਇਹ ਉਹਨੇ ਫੈਸਲਾ ਕੀਤਾ ਉਹ ਕਹਿੰਦਾ ਮੈਂ ਫੈਸਲਾ ਕੀਤਾ ਕਿ ਕਿਸੇ ਦੇ ਮਾਰਨ ਨੂੰ ਮੈਂ ਗਲਤ ਗਿਨਦਾਗਾ ਕਿਸ ਦੀ ਜ਼ਿੰਦਗੀ ਲੈਣਾ ਬਹੁਤ ਵੱਡੀ ਗਲਤੀ ਹੈਗੀ ਕਹਿੰਦੇ ਮੈਂ ਇਸ ਰਸਤੇ ਨਹੀਂ ਚੱਲਾਂਗਾ ਮੈਂ ਵੇਸਾ ਕਲਮ ਦਾ ਰਸਤਾ ਚਲਾਵਾਂਗਾ ਔਰ ਮੈਂ ਕਲਮ ਦੇ ਰਸਤੇ ਹੀ ਇਸ ਧਰਮ ਦੀ ਸੇਵਾ ਕਰਾਂਗਾ ਜਿਹੜੀਆਂ ਉਹ ਗੱਲਾਂ 1975 ਵਿੱਚ ਲਿਖ ਗਈ ਉਹ ਅੱਜ ਵੀ ਸਾਡੇ ਕੋਲੇ ਲਿਖਤਾ ਪਈਆਂ ਉਹਨਾਂ ਦੀਆਂ ਅਗਰ ਉਹ ਗੱਲ ਕਰੀ ਉਹ ਗੱਲਾਂ ਉਹਨਾਂ ਨੇ 1992 ਦੇ ਵਿੱਚ ਆ ਕੇ ਪਗਾਈਆਂ ਸਾਰਾ ਪੰਜਾਬ ਸਾਡੀਆਂ ਫਿਰ ਉਸ ਤੋਂ ਬਾਅਦ ਸਰ ਜੇਲ ਤੋਂ ਬਾਹਰ ਆਉਂਦੇ ਨੇ ਫਿਰ ਇਹ ਨਾ ਪਹਿਲਾਂ ਤਾਂ ਨਵਾਂ ਜਵਾਨਾਂ ਵਿੱਚ ਚਲੇ ਜਾਂਦੇ ਨੇ ਪੱਤਰਕਾਰੀ ਕਰਨ ਉਸ ਤੋਂ ਨਵਾਂ ਜਵਾਨਾਂ ਚੱਲਦਾ ਸੀ ਪੇਪਰ ਆਪਣਾ ਫਿਰ ਉਸ ਤੋਂ ਬਾਅਦ ਸਾਰੇ ਇਹ 79 ਦੇ ਵਿੱਚ ਬਾਹਰ ਚਲੇ ਜਾਂਦੇ ਨੇ ਹੂੰ ਯੂਰਪੀ ਦੇਸ਼ਾਂ ਦੇ ਵਿੱਚ ਠੀਕ ਹੈ ਉਹ ਤੋਂ ਇਹ 35 ਦੇਸ਼ਾਂ ਦੀ ਸੈਰ ਕਰਦੇ ਨੇ ਸਰ ਹੂੰ 35 ਦੇਸ਼ ਘੁੰਮ ਕੇ ਆਉਂਦੇ ਨੇ 35 ਦੇਸ਼ਾਂ ਤੋਂ ਬਾਅਦ ਘੁੰਮਦੇ ਕੋ ਹੁੰਦੇ ਅਖੀਰ ਨੂੰ 1983 ਦੇ ਵਿੱਚ ਆ ਕੇ ਇਹ ਅਮਰੀਕਾ ਦੇ ਵਿੱਚ ਉਤਰ ਜਾਂਦੇ ਨੇ ਉੱਥੇ ਅੱਛਾ ਉੱਥੇ ਸੈੱਟ ਹੋ ਜਾਂਦੇ ਨੇ ਆਪਾਂ ਅਮਰੀਕਾ ਦੇ ਵਿੱਚ ਹੂੰ ਫਿਰ ਉਸ ਤੋਂ ਬਾਅਦ ਇਹ 84 ਦੀ ਗੱਲ ਕਰਦੇ ਆਪਾਂ ਮਈ 84 ਦੇ ਵਿੱਚ ਉੱਥੋਂ ਇਹ ਛੁੱਟੀ ਆਉਂਦੇ ਨੇ 2 ਤੋਂ 3 ਮਹੀਨੇ ਦੀ ਸਾਨੂੰ ਇਹ ਕਿਹਾ ਕਿ ਮੈਂ ਛੁੱਟੀ ਆਇਆ ਦੋ ਤਿੰਨ ਮਹੀਨੇ ਦੀ ਉੱਥੋਂ ਹੂੰ ਉਹਦੇ ਛੁੱਟੀ ਆਉਂਦੇ ਨੇ ਇਹ ਛੁੱਟੀ ਆ ਗਈ ਨੇ ਮਨ ਚ ਇੱਕੋ ਗੱਲ ਆਉਂਦੀ ਆ ਕਿ ਮੈਂ ਇੰਨੇ ਸਾਲ ਬਾਅਦ ਆ ਜਾਗਾ ਵੀ ਚਲੋ ਗੁਰਸਿੱਖੀ ਨਾਲ ਸੁਰੂ ਤੋਂ ਪਿਆਰ ਸੀਗਾ ਵੀ ਚਲੋ ਯਾਰ ਦਰਬਾਰ ਸਾਹਿਬ ਚੱਲਦੇ ਆਪਾਂ ਉੱਥੇ ਆਪਣੇ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਵਾ ਗੁਰਪੁਰ ਮਨਾ ਕੇ ਆਨੇ ਆਪਾਂ ਹੂੰ ਮੁੰਡਿਆਂ ਨੂੰ ਨਾਲ ਇਕੱਠੇ ਕਰ ਲੈਂਦਾ ਹੋਰ ਦੋਸਤਾਂ ਨੂੰ ਪਿੰਡ ਵਿੱਚੋਂ ਸਾਰੇ ਕਣਕ ਇਕੱਠੀ ਕਰ ਲੈਂਦੇ ਨੇ ਉਦੋਂ ਕਣਕ ਕਬੱਡੀ ਆਈ ਹੁੰਦੀ ਹੈ ਆਪਣੇ ਹੂੰ ਟਰੱਕ ਭਰ ਲੈਂਦੇ ਨੇ ਕਣਕ ਦਾ ਟਰੱਕ ਭਰ ਕੇ 1 ਜੂਨ ਨੂੰ 1984 ਨੂੰ ਦਰਬਾਰ ਸਾਹਿਬ ਚਲੇ ਜਾਂਦੇ ਨੇ ਸਾਰੇ ਟਰੱਕ ਲੈ ਕੇ ਉੱਥੇ ਜਾ ਕੇ 1 ਜੂਨ ਨੂੰ ਦਰਬਾਰ ਸਾਹਿਬ ਜਦੋਂ ਫੌਜ ਚੜਾਈ ਜਾਂਦੀ ਆ ਉਦੋਂ ਇਹ ਉੱਥੇ ਪਹੁੰਚ ਜਾਂਦੇ ਨੇ। ਜਿਸ ਟਾਈਮ ਗਏ ਨੇ ਉਸ ਟਾਈਮ ਕੋਈ ਐਸੇ ਹਾਲਾਤ ਨਹੀਂ ਸੀ ਹਾਲਾਤ ਠੀਕ ਸੀ ਉਸ ਟਾਈਮ ਤੋਂ। ਕੋਈ ਪੈਸਾ ਨਹੀਂ ᱛੀਏ ਕਹਿੰਦੇ ਜਿਸ ਤਰ੍ਹਾਂ ਐਸੇ 1 ਜੂਨ ਨੂੰ ਗਿਆਗੇ ਉੱਥੇ। ਉੱਥੇ ਸਿਰਫ ਸੀਆਰਪੀ ਲੱਗੀ ਹੋਈ ਸੀ ਪਰ ਉਹ ਵੀ ਜ਼ਿਆਦਾ ਨਹੀਂ ਠੀਕ ਠੀਕ ਸੀ ਜ਼ਿਆਦਾ ਨਹੀਂ ਸੀ। ਮਤਲਬ ਬਾਹਰ-ਬਾਰ ਸੀ ਹਜੇ ਰੋਪਰ ਨਹੀਂ ਚੜਾਈ ਗਈ ਸੀ ਹਣਾ। ਉਹ ਕਹਿੰਦੇ ਅਸੀਂ 1 ਜੂਨ ਨੂੰ ਗਏ ਉੱਥੇ ਅਸੀਂ ਮੱਥਾ ਟੇਕਿਆ ਜੋ ਰਸਤ ਵਗੈਰਾ ਲੇਗੇ ਸੀ ਉਹ ਵੀ ਲੈ ਗਏ। ਉਸ ਤੋਂ ਬਾਅਦ ਜਿਹੜੇ ਬਾਕੀ ਕੋਈ ਸੰਗਤ ਸੀ ਨਾਲ ਉਹ ਵਾਪਸ ਵੀ ਮੁੜਿਆ ਤੇ ਇਹ ਕਹਿੰਦੇ ਸੀ ਉਸ ਚਾਰ ਪੰਜ ਜਾਣੇ ਸੀ ਦੋਸਤ ਤੇ ਰਹਿ ਗਏ ਵੀ ਆਪਾਂ ਨਹੀਂ ਵੀ ਦੋ ਦਿਨ ਬਾਅਦ ਗੁਰ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਆਪਾਂ ਗੁਰਪੁਰਬ ਮਨਾ ਕੇ ਚੱਲੂਗੇ ਹੂੰ ਉਸ ਤੋਂ ਬਾਅਦ ਕਹਿੰਦੇ ਫਿਰ 1 ਤਰੀਕ ਨੂੰ 2 ਤਰੀਕ ਨੂੰ ਗੋਲੀ ਚੜ੍ਹਨੀ ਸ਼ੁਰੂ ਹੋ ਗਈ ਹੂੰ ਜਿਸ ਟਾਈਮ 2 ਤਰੀਕ ਨੂੰ ਸ਼ੁਰੂ ਹੁੰਦੀ ਹੈ ਗੋਲੀ ਇਹ ਕਹਿੰਦੇ ਮੇਰੇ ਨਾਲ ਦੇ ਦੋਸਤ ਸੀਗੇ ਹੋਰ ਵੀ ਉਹ ਤਾਂ ਆਮ ਸੰਗਤ ਨਾਲ ਚਲੇ ਗਏ ਹੂੰ ਇਹ ਕਹਿੰਦੇ ਮੈਥੋਂ ਨਹੀਂ ਰਿਹਾ ਗਿਆ ਫਤੋਂ ਉਹ ਕਹਿੰਦੇ ਮੈਂ ਫਿਰ ਸੰਤਾਂ ਕੋਲ ਚਲਾ ਗਿਆ ਹੂੰ ਸੰਤਾਂ ਕੋਲ ਜਾ ਕੇ ਸੰਤਾਂ ਨੂੰ ਕਿਹਾ ਕਿ ਸੰਤ ਜੀ ਮੈਂ ਸਿੱਖਾਂ ਦਾ ਹੀ ਮੁੰਡਾ ਆਂਗਾ ਵੀ ਮੈਂ ਇਹ ਲੜਾਈ ਲੜਨੀ ਚਾਹਣਾਗਾ। ਹੂੰ ਉਹ ਕਹਿੰਦੇ ਮੈਂ ਸੰਤਾਂ ਤੋਂ ਹਥਿਆਰਾਂ ਦੀ ਮੰਗ ਕਰੀ। ਹੂੰ ਉਹ ਕਹਿੰਦੇ ਜਿਸ ਟਾਈਮ ਆਇਆ ਮੇਰੇ ਦਾੜੀ ਕੇਸ ਕੱਟੇ ਹੋਏ ਸੀ ਉਸ ਟਾਈਮ। ਕਲੀਨ ਸ਼ੇਪ ਸੀਗੇ ਉਦੋਂ। ਨਹੀਂ ਦਾੜੀ ਵੈਸੇ ਰੱਖੀ ਹੋਈ ਚ ਕੱਟੀ ਹੋਈ ਸੀ ਵੈਸੇ। ਅੱਛਾ ਮਤਲਬ ਦਸਤਾਰ ਸਜਾਉਂਦੇ ਸੀ ਦਾੜੀ ਜਿਵੇਂ ਹਾਂ ਦਸਤਾਰ ਸਜਾਈ ਹੋਈ ਸੀ। ਉਹ ਵਾਲ ਵੀ ਕੱਟੇ ਹੋਏ ਸੀ ਕਿ ਬਾਹਰ ਆਉਣ ਨੂੰ ਮੀਂਹ ਨਹੀਂ ਹੋਇਆ ਸੀ ਅਜੇ। ਹੂੰ ਉਹ ਕਹਿੰਦੇ ਮੈਂ ਸੰਤੀ ਨੂੰ ਕਿਹਾ ਕਿ ਪਪਾ ਜੀ ਮੈਂ ਬਾਹਰੋਂ ਆਇਆ ਹੋਣੀ ਹੈ ਜੇ ਅਮਰੀਕਾ ਤੋਂ ਇੰਨੇ ਸਾਲਾਂ ਬਾਅਦ ਤਾਂ ਕਰਕੇ ਮੇਰੇ ਵਾਲ ਕੱਟੇ ਹੋਏ ਨੇ। ਹੂੰ ਵੀ ਵੈਸੇ ਮੈਂ ਲੜਾਈ ਜਾ ਸੰਤ ਮੰਨ ਲਓ ਜੇ ਕੋਈ ਇਸ ਤਰੀਕੇ ਦੇ ਨਾਲ ਮੰਨ ਲਓ ਕਟਿੰਗ ਆਲਾ ਜਾਂਦਾ ਸੀਗਾ ਤਾਂ ਉਹਨੂੰ ਵੀ ਓਵੇਂ ਹੀ ਮਿਲਦੇ ਸੀਗੇ ਜਿਵੇਂ ਆਮ ਸਿੱਖ ਨੂੰ ਜਿਵੇਂ ਮਿਲਦੇ ਸੀਗੇ ਹਾਂ ਸਰ ਆਮ ਨੂੰ ਮਿਲਦੇ ਸੀ ਸਰ ਨੂੰ ਮਿਲਦੇ ਸੀ ਉਹ ਤਾਂ ਉਸ ਟਾਈਮ ਤਾਂ ਖੁਦ ਆਪਾਂ ਕਈ ਵਾਰ ਸੰਤਾਂ ਦੀ ਕਿਸਪੀਚ ਵੀ ਸੁਣਦੇ ਹੋ ਵੀ ਕਹਿ ਦਿੰਦੇ ਨੇ ਨਾ ਵੀ ਭਾਈ ਸਾਡੇ ਕੋਲ ਹੋਰ ਵੀ ਬਹੁਤ ਸਾਰੇ ਸਿੰਘ ਆ ਗਏ ਜਿਨ੍ਹਾਂ ਕੋਲੇ ਦੋ ਦੋ ਹਥਿਆਰ ਨੇ ਕਿਹੜੇ ਹਥਿਆਰ ਉਹ ਬਾਕੀ ਸਿੰਘਾਂ ਨੂੰ ਦੇ ਦਿਓ ਵੀ ਜਿਆਦਾ ਹਥਿਆਰ ਆਪਣੇ ਕੋਲ ਨਾ ਰੱਖੋ ਹੈਨਾ ਉਹ ਕਹਿੰਦੇ ਸੰਤਾਂ ਨੇ ਸਾਨੂੰ ਵੀ ਹਥਿਆਰ ਦੇ ਦਿੱਤੇ ਕਹਿੰਦੇ ਫਿਰ ਅਸੀਂ ਦਰਬਾਰ ਸਾਹਿਬ ਦੀ ਜਿਹੜੀ ਪਿਛਲੇ ਵਾਲੀ ਬਿਲਡਿੰਗ ਸੀਗੀ ਕਿਸੇ ਹਿੰਦੂ ਦਾ ਘਰ ਸੀ ਕਹਿੰਦੇ ਉੱਥੇ ਫਿਰ ਅਸੀਂ ਚੇਤੇ ਕਿ ਉੱਥੇ ਮੋਰਚੇ ਬਣਾ ਲਿਆ ਆਪਣੇ ਅੱਛਾ ਦੋ ਤਰੀਕ ਦਿਨਾਂ ਨੇ ਫਿਰ ਫਿਰ ਕਹਿੰਦੇ ਆਰਮੀ ਲੱਗ ਗਈ ਫਿਰ ਉੱਥੇ ਸਾਡੀ ਲੜਾਈ ਚੱਲਦੀ ਰਹੀ ਕਹਿੰਦੇ ਤਿੰਨ 6 ਜੂਨ ਤੱਕ ਅਸੀਂ ਲੜਾਈ ਲੜੀ ਉੱਥੇ ਮੋਰਚਾ ਦੇ ਵਿੱਚ ਇਹਨਾਂ ਨੇ ਸਰ ਉੱਥੇ ਫਿਰ ਉੱਥੇ ਕਿਸ ਤਰੀਕੇ ਦੇ ਨਾਲ ਪਹਿਲਾ ਹਮਲਾ ਕਿਵੇਂ ਹੋਇਆ ਕੋਈ ਉਹਦਾ ਜ਼ਿਕਰ ਵੀ ਕੀਤਾ ਉਹਨਾਂ ਨੇ ਵੀ ਗੋਲੀ ਚੱਲੀ ਜਾਂ ਪਹਿਲਾ ਗੋਲਾ ਚਲਾਇਆ ਕਿਵੇਂ ਹਾਂ ਸਰ ਉਹ ਐਕਚੁਅਲੀ ਮੈਂ ਥੋੜੀ ਜਿਹੀ ਤੁਹਾਨੂੰ ਕੋਈ ਗੱਲ ਲਿਖ ਚੱਲਾਂ ਕਿ ਇਹਨਾਂ ਨੇ ਜਿਸ ਟਾਈਮ ਉੱਥੋਂ 1 ਮਹੀਨਾ ਤੱਕ ਸਾਨੂੰ ਇਹ ਨਹੀਂ ਪਤਾ ਸੀ ਕਿ ਉਹ ਜਿੰਦਾ ਵੀ ਹੈ ਜਾਂ ਸ਼ਹੀਦ ਹੋ ਗਿਆ। ਅੱਛਾ ਸਾਡੇ ਪਿੰਡ ਦੇ 5 ਮੁੰਡੇ ਗਏ ਹੋਏ ਸੀ ਉੱਥੇ। ਕਿ 1 ਮਹੀਨਾ ਦਾ ਸਾਨੂੰ ਇਹ ਨਹੀਂ ਪਤਾ ਸੀਗਾ ਸਾਬ ਪਿੰਡੇ ਇਹ ਕਹਿਣਾ ਸੀਗਾ ਕਿ ਜੀ ਹੁਣ ਤਾਂ ਕੋਈ ਨਹੀਂ ਬਚੇਗਾ ਉੱਥੋਂ। ਵੀ ਜਦ ਸਾਡਾ ਕਾਲ ਤੱਕ ਸਾਬ ਹੀ ਢਹਿ ਢੇਰੀ ਕਰਤਾ ਹੈ ਨਾ ਲੱਖਾਂ ਦੀ ਗੇਂਜ ਸੰਗਤ ਮਰ ਗਈ ਉੱਥੇ। ਵੀ ਅਸੀਂ ਕਿਹਾ ਉਮੀਦ ਕਰ ਸਕਦੇ ਹਾਂ ਉੱਥੇ। ਪਰਿਵਾਰ ਦੇ ਵਿੱਚ ਉਦੋਂ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਕਿ ਮਨ ਦੇ ਵਿੱਚ ਆ ਰਹੀ ਸੀ ਜਦੋਂ ਇਹ ਖਬਰਾਂ ਰੇਡੀਓ ਦੇ ਰਾਹੀਂ ਸਾਬ ਨੇ ਸੁਣੀਆਂ। ਵੀ ਅਕਾਲ ਤਖਤ ਸਾਹਿਬ ਦੇ ਉੱਤੇ ਫੌਜ ਚੜ ਗਈ ਟੈਂਕਾਂ ਦੇ ਨਾਲ ਹਮਲਾ ਹੋ ਗਿਆ ਢਹਿ ਢੇਰੀ ਹੋ ਗਿਆ ਉੱਥੇ ਤਾਂ ਸੰਤ ਵੀ ਸ਼ਹੀਦ ਹੋ ਗਏ ਉਸ ਟਾਈਮ ਐਕਚੁਅਲੀ ਸਰ ਦੇਖਿਆ ਜਵੇ ਮੈਂ ਆਪਣੀ ਗੱਲ ਕਰਾਂ ਕਿ ਉਸ ਟਾਈਮ ਸਾਡਾ ਪਰਿਵਾਰ ਤਾਂ ਖਾਸ ਕਰਕੇ ਬਹੁਤ ਜ਼ਿਆਦਾ ਉਹਦੇ ਵਿੱਚ ਸੀਗਾ ਕਿਉਂਕਿ ਇੱਕ ਤਰੀਕ ਨੂੰ ਭਰਾ ਜਾਂਦਾ ਸਰ ਮੇਰਾ ਹੂੰ ਉਸ ਤੋਂ ਬਾਅਦ ਤਿੰਨ ਤਰੀਕ ਨੂੰ ਮੇਰੇ ਫਾਦਰ ਸਾਹਿਬ ਵੀ ਚਲੇ ਜਾਂਦੇ ਨੇ ਸਾਡੇ ਨਾਲ ਦੇ ਪਿੰਡ ਤੋਂ ਕੋਈ ਹੋਰ ਕੋਈ ਸੰਗਤ ਜਾ ਰਹੀ ਸੀ ਦਰਬਾਰ ਸਾਹਿਬ ਹੂੰ ਉਹ ਮੈਨੂੰ ਸਵੇਰੇ ਹੀ ਕਹਿੰਦੇ ਨੇ ਪਿਤਾ ਜੀ ਕਿ ਮੈਨੂੰ ਨਾ ਨਾਲ ਦੇ ਪਿੰਡ ਛੱਡਿਆ ਉੱਥੋਂ 7 ਵਜੇ ਟਰੱਕ ਜਾਣਾ ਸੀ ਉੱਥੇ ਜਾਣਾ ਦਰਬਾਰ ਸਾਹਿਬ ਹੂੰ ਉਸ ਤੋਂ ਬਾਅਦ ਉਹ ਵੀ ਚਲੇ ਜਾਂਦੇ ਨੇ ਸਰ ਤੰਨ ਨੂੰ ਪਤਾ ਲੱਗ ਗਿਆ ਸੀ ਕਿ ਦਰਬਾਰ ਸਾਹਿਬ ਫੌਜ ਚੜ ਚੁੱਕੀ ਆ ਤਾਂ ਨਹੀਂ ਉਸ ਟਾਈਮ ਕੁਝ ਨਹੀਂ ਪਤਾ ਸੀ ਸਰ ਉਹ ਕਹਿੰਦੇ ਉਹ ਜਾ ਕੇ ਲੁਧਿਆਣਾ ਘੇਰ ਕੇ ਸੀ ਮੇਰੇ ਫਾਦਰ ਸਾਹਿਬ ਉਹਰੇ ਹੂੰ ਉਹ ਉੱਥੋਂ ਤਕਰੀਬਨ 15 ਦਿਨ ਬਾਅਦ ਹੌਲੀ ਹੌਲੀ ਖੇਤਾਂ ਦੇ ਰਸਤੇ ਹੁੰਦੇ ਆਉਂਦੇ ਵਾਪਸ ਆਏ ਉਹ ਕਿਹੜੇ ਦਿਨ ਸੀ ਸਾਡੇ ਵਾਸਤੇ ਬਹੁਤ ਔਖੇ ਸੀ ਕਿਉਂ ਦੋਨੋਂ ਮੁਖੀ ਸੀ ਪਰਿਵਾਰ ਦੇ ਸਰ ਪਿਤਾ ਜੀ ਸੀਗੇ ਜਾਂ ਵੱਡਾ ਭਰਾ ਸੀਗਾ ਮੇਰਾ ਮੇਰੀ ਤਾਂ ਉਸ ਟਾਈਮ ਉਮਰੀ 15 ਸਾਲ ਦੀ ਸੀ ਸਾਰੀ ਉਸ ਟਾਈਮ ਸਰ ਤੇ ਉਹ ਚੀਜ਼ਾਂ ਸਾਨੂੰ ਬਹੁਤ ਉਹ ਲੱਗ ਰਹੀਆਂ ਸੀ ਉਸ ਟਾਈਮ ਕਿ ਯਾਰ ਵੀ ਸਾਰਾ ਪਰਿਵਾਰ ਜਿਵੇਂ ਹੋ ਗਿਆ ਹੋਵੇ ਨਾ ਵੀ ਕੋਈ ਖਬਰ ਨਹੀਂ ਸੀ ਸਭ ਸੁਣਦੇ ਸੀ ਰੇਡਾਂ ਤੇ ਕਿ ਹਾਂ ਉੱਥੇ ਦੇ ਇਹ ਹਾਲਾਤ ਨੇਗੇ ਉਹ ਸੁਣ ਕੇ ਹੋਰ ਡਰ ਲੱਗਦਾ ਸੀਗਾ ਕਿਉਂਕਿ ਸਾਰੇ ਪੰਜਾਬ ਵਿੱਚ ਹੀ ਕਰਫਿਊ ਲੱਗਿਆ ਵੈਤੀ ਸਰ ਹੂੰ ਤੁਸੀਂ ਕਿਤੇ ਬਾਹਰ ਤਾਂ ਨਿਕਲੇ ਨਹੀਂ ਸਕਦੇ ਸੀਗੇ ਜੀ ਨਾ ਕੋਈ ਐਸੇ ਹਾਲਾਤ ਸੀ ਬਾਹਰ ਜਾਣ ਦੇ ਕੋਈ ਹੂੰ ਤੇ ਫਿਰ ਉਹ ਦੱਸਦੇ ਤੇ ਕਹਿੰਦੇ ਸਾਨੂੰ ਹਿੰਦੂ ਪਰਿਵਾਰ ਸਾਨੂੰ ਖਾਣਾ ਵੀ ਦਿੰਦਾ ਰਿਹਾ ਉੱਥੋਂ ਉਹਨੇ ਦਿਨ ਜਿਹਦਾ ਮੋਰਚੇ ਰਹੇ ਹੂੰ ਵੀ ਉੱਥੇ ਕਹਿੰਦੇ ਸੀ ਲੜਾਈ ਲੜਦੇ ਰਹੇ ਜੀ ਉੱਥੇ ਬਹੁਤ ਜ਼ਿਆਦਾ ਫਿਰ ਉਸ ਤੋਂ ਬਾਅਦ ਕੀ ਹੁੰਦਾ ਕਹਿੰਦੇ 6 ਤਰੀਕ ਨੂੰ ਵੀ ਕੁਦਰਤੀ ਅਸੀਂ ਰੇਡੂਏ ਦੇ ਉੱਪਰ ਖਬਰਾਂ ਸੁਣਨ ਲੱਗ ਪਏ ਸੀ ਹੂੰ ਵੀ ਬੀਬੀ ਸਿਲੈਕਟਰ ਤੋਂ ਖਬਰ ਆ ਰਹੀ ਸੀ ਕਹਿੰਦੇ ਸੀ ਖਬਰ ਸੁਣਨ ਲੱਗੇ ਮੈਂ ਉੱਥੇ ਰੋ ਸਿਰ ਝੁਕਾਇਆ ਥੱਲੇ ਖਬਰਾਂ ਆਵਾਜ਼ ਤੇਜ਼ ਕਰਨ ਵਾਸਤੇ ਰੇਡੂਏ ਦੀ ਕਹਿੰਦੇ ਮੇਰੇ ਸਿਰ ਦੇ ਉੱਪਰ ਪੂਰਾ ਭ੍ਰਸ਼ਟ ਨਿਕਲ ਗਿਆ ਅੱਛਾ ਪੂਰਾ ਵੀ ਜਾਣ ਵੀ ਜ਼ਿੰਦਗੀ ਬਹੁਤ ਨੇੜੇ ਦੇਖ ਲਈ ਮੌਤ ਹੂੰ ਕਹਿੰਦੇ ਫਿਰ ਉਸ ਤੋਂ ਬਾਅਦ ਖਬਰ ਆ ਗਈ ਉਹਦੇ ਵਿੱਚ ਕਿ ਜੀ ਵੀ ਤਰਵਾਰ ਸਾਹ ਦੇ ਉੱਪਰ ਕਬਜ਼ਾ ਹੋ ਗਿਆ ਆਰਮੀ ਦਾ ਹੂੰ ਕਹਿੰਦੇ ਫੇਰ ਅਸੀਂ ਸੋਚਿਆ ਵੀ ਜਦ ਜੇ ਹੁਣ ਕਬਜ਼ਾ ਹੀ ਹੋ ਗਿਆ ਵੀ ਹੁਣ ਤਾਂ ਭੰਗ ਦੇ ਪਾਣੇ ਜ਼ਿੰਦਗੀ ਖਤਮ ਕਰਨ ਵਾਲਾ ਕਹਿਵਾ ਹੂੰ 20 ਤੋਂ ਬਹਿਤ ਲਾਉਣਗੇ ਆਪਾਂ ਨਿਕਲੇ ਜਾਵੇ ਇੱਥੋਂ ਵੀ ਹੁਣ ਕੋਈ ਫਾਇਦਾ ਨਹੀਂ ਆਪਾਂ ਕਿੰਨੇ ਕੁ ਨੂੰ ਮਾਰ ਲੋਂਗੇ ਹੋਰ ਵੀ ਜੋ ਕਮ ਆਪਾਂ ਰੋਕਣ ਵਾਸਤੇ ਲੜੇ ਸੀ ਉਹ ਤਾਂ ਹੁਣ ਚੀਜ਼ ਹੋ ਨਹੀਂ ਸਕੀ ਹੈਗੀ ਹੂੰ ਫੇਰ ਕਹਿੰਦੇ ਉੱਥੋਂ ਅਸੀਂ ਹਥਿਆਰ ਸਿੱਟ ਕੇ ਗੰਦੇ ਨਾਲਿਆਂ ਵਿੱਚ ਸਿੱਟ ਗਏ ਡੱਟਰਾਂ ਵਿੱਚ ਉਹ ਸਿੱਟ ਕੇ ਆ ਗਏ ਸੀ ਹਥਿਆਰੇ ਹੂੰ ਤੇ ਫੇਰ ਉੱਥੋਂ ਕਹਿੰਦੇ ਅਸੀਂ ਸੰਗਤ ਵਿੱਚ ਰਲ ਕੇ ਜਾ ਕੇ ਆ ਆਪਾਂ ਅਸੀਂ ਜਿਵੇਂ ਸੰਗਤ ਨੂੰ ਗ੍ਰਿਫਤਾਰ ਕਰ ਰਹੀ ਸੀ ਆਰਮੀ ਅੱਛਾ ਫਿਰ ਉਹਦੇ ਵਿੱਚ ਜਾ ਕੇ ਰਲ ਗਏ ਸਾਨੂੰ ਫਿਰ ਉੱਥੋਂ ਦੱਸਦੇ ਵੀ ਉੱਥੋਂ ਜਿਹੜੇ ਅੱਗੇ ਹਾਲਾਤ ਦੇਖ ਕੇ ਅਸੀਂ ਹੂੰ ਵੀ ਉਹ ਹੋਰ ਵੀ ਜ਼ਿਆਦਾ ਦੁੱਖ ਦੇਖ ਸੀ ਹਥਿਆਰ ਉੱਤੇ ਕਿਸ ਤਰੀਕੇ ਦੇ ਹਾਲਾਤ ਸੀ ਕਿ ਜ਼ਿਕਰ ਉੱਥੇ ਕਹਿੰਦੇ ਵੀ ਦੱਸਦੇ ਜੀ ਕਿਤੇ ਵੀ ਜਿਵੇਂ ਆਪਾਂ ਵੀ ਪ੍ਰਾਣੇ ਹਾਲਾਤ ਸੁਣਿਆ ਕਰਦੇ ਨਾ ਸਰ ਇਹਨਾਂ ਹੂੰ ਵੀ ਆਪਾਂ ਜਿਵੇਂ ਆਪਾਂ ਕਹਿੰਦੇ ਵੀ ਜਕਰੀਆ ਖਾਨ ਵਗੈਰਾ ਹੋਰ ਮੱਛਾ ਰੰਗੜਾ ਉਹਨਾਂ ਪ੍ਰਾਣੇ ਰਾਜ ਲੜਦੇ ਸਾਡੇ ਆਕੇ ਹੂੰ ਵੀ ਆਪ ਇਤਿਹਾਸ ਪੜਦੇ ਆਂ ਬਈ ਹਾਂ ਬੱਚੇ ਨੂੰ ਉੱਪਰ ਸਿੱਟਦੇ ਸੀਗੇ ਹੂੰ ਬਾਰਸ਼ਾ ਥੱਲੇ ਕਰ ਦਿੰਦੇ ਸੀ ਬੱਚਾ ਸ਼ਹੀਦ ਹੋ ਜਾਂਦਾ ਸੀਗਾ ਹੂੰ ਕਹਿੰਦੇ ਸੇਵ ਹਾਲਾਤ ਦੇਖੇ ਬਸ ਹਥਿਆਰ ਬਦਲੇ ਸੀਗੇ ਅੱਛਾ ਉਹ ਬੱਚਾ ਉੱਪਰ ਸਿੱਟਦੇ ਸੀਗੇ ਥੱਲੋਂ ਬ੍ਰੇਸ਼ਟ ਮਾਰਦੇ ਸੀ ਉਹ ਬੱਚਾ ਖਤਮ ਉਸੇ ਟਾਈਮ ਹੀ ਵੀ ਇਸ ਤਰ੍ਹਾਂ ਬੱਚਿਆਂ ਨੂੰ ਸ਼ਹੀਦ ਕਰ ਰਹੇ ਸੀ ਉਹ ਸਾਰੇ ਹੂੰ ਵੀ ਸਾਰੀਆਂ ਪ੍ਰਕਾਰਾਂ ਬੰ ਕਹਿੰਦੇ ਭਰੀਏ ਪਈ ਸੀ ਖੂਨ ਦੇ ਨਾਲ ਹੂੰ ਲਾਸਾਂ ਦੇ ਨਾਲ ਕਹਿੰਦੇ ਉੱਥੋਂ ਫਿਰ ਸਾਨੂੰ ਇਹ ਗੁਰੂ ਰਾਮਦਾਸ ਰਾਹ ਲੈ ਕੇ ਸਾਨੂੰ ਸੰਗਤ ਨੂੰ ਇਕੱਠੀ ਕਰਕੇ ਹੂੰ ਜਿਹੜਾ ਕਹਿੰਦੇ ਉੱਥੇ ਜਾ ਕੇ ਹਾਲਾਤ ਦੇਖੇ ਜਿਸ ਟਾਈਮ ਅਸੀਂ ਪਰ ਉੱਥੇ ਕਹਿੰਦੇ ਵੀ ਜਿਹੜਾ RAMDAS ਦਾ ਸਰਾ ਦਾ ਬੇੜਾ ਸਾਰਾ ਆਪਣਾ ਉੱਥੇ ਆਪਾਂ ਦੇਖਦੇ ਹੁਣ ਵੀ ਜਾਣਦੇ ਹਾਂ ਨਾ ਕਹਿੰਦੇ ਉਹ ਬੇੜੇ ਵਿੱਚ ਨਾ ਲਾਸਾਂ ਪਈਆਂ ਸੀ ਬਹੁਤ ਸਾਰੀਆਂ ਅੱਛਾ 2-300 ਲਾਸਾਂ ਪਈਆਂ ਸੀ ਹੂੰ ਉਹ ਅੰਦਰੋਂ ਸਰਾ ਵਿੱਚੋਂ ਬੰਦਿਆਂ ਨੂੰ ਕੱਢਦੇ ਸੀਗੇ ਉਹ ਹੂੰ ਕੱਢ ਕੇ ਜੀ ਉਹਨਾਂ ਨੂੰ ਇਧਾਰ ਵਾਲੇ ਬਿਠਾ ਲੈਂਦੇ ਸੀਗੇ ਉਹਦੇ ਉੱਪਰ ਪੈਟਰੋਲ ਸੜਕ ਦੇ ਨਾਲ ਲਾਸਾਂ ਦੇ ਉੱਪਰ ਹੂੰ ਕਹਿੰਦੇ ਉੱਪਰ ਉਹਨਾਂ ਨੇ ਸਾਰੇ ਗੰਨਾ ਬੀੜੀਆਂ ਹੁੰਦੀਆਂ ਸੀ ਆਪਣੀਆਂ ਉੱਪਰੋਂ ਗੋਲੀ ਚਲਾਦੇ ਨਹੀਂ ਉਧਰ ਅੱਗ ਲਾਦੇ ਨਹੀਂ ਉਹਨੂੰ ਲਾਸਾਂ ਨੂੰ ਜਿਹੜੇ ਕੋਲ ਬੈਠੇ ਨੇ 2 300 ਹੋਰ ਯਾਤਰੂ ਆਪਣ ਜਿਹਨੇ ਗਏ ਸੀਗੇ ਹੂੰ ਕਹਿੰਦੇ ਇਸ ਤਰ੍ਹਾਂ ਉਹਨਾਂ ਨੂੰ ਵੀ ਸਹੀਦ ਕਰ ਦਿੰਦੇ ਸੀ ਇਹ CRPF ਆਰਮੀ ਦੇ ਵੱਲੋਂ ਕੀਤਾ ਜਾਂਦਾ ਸੀ ਕੰਮ ਆਰਮੀ ਵੱਲੋਂ ਸੀ ਕੁਛ ਤਾਂ ਸਰ ਉੱਥੇ ਸਾਰਾ ਆਰਮੀ ਦੇ ਕੰਟਰੋਲ ਹੋ ਗਿਆ ਜੀ ਇਹ ਤਾਂ ਸਾਰਾ ਉੱਥੇ ਕਹਿੰਦੇ ਸਤ ਤੋਂ ਪਹਿਲਾਂ ਦੋ ਪੂਰ ਨਿਕਲੇ ਇਸੇ ਤਰ੍ਹਾਂ ਦੇ ਜੀ ਅੱਛਾ ਕਹਿੰਦੇ ਤੀਜੇ ਪੂਰ ਵਿੱਚ ਸਾਡਾ ਵੀ ਨੰਬਰ ਆ ਗਿਆ ਕੁਦਰਤੀ ਇਸ ਵਿੱਚ ਹੂੰ ਕਹਿੰਦੇ ਅਸੀਂ ਸਭ ਤੋਂ ਫਰੰਟਰ ਲੋਅ ਦੇ ਵਿੱਚ ਪਹਿਲੀ ਰੋਅ 'ਚ ਬੈਠੇ ਅਸੀਂ ਕੁਦਰਤੀ ਅਸੀਂ ਸਾਰੇ ਪੰਦਰਾਂ ਤੇ ਕੱਟੇ ਜਿਉਂਦਿਆਂ ਅਨੁਸਾਰ ਰਹੇ ਸੀਗੇ ਕਿਸ ਤਰੀਕੇ ਨਾਲ ਤੁਸੀਂ ਕਹਿੰਦੇ ਪੂਰ ਨਹੀਂ ਸਰ ਜਿਵੇਂ ਲਾਸਾਂ ਹੋ ਗਈਆਂ ਹਮ ਇਕੱਠੇ ਕਰ ਲਾਸਾਂ ਉਹਨਾਂ ਨੇ ਪ੍ਰਕਾਰਮਾਂ ਤੇ ਲਾਸਾਂ ਵੀ ਪਈਆਂ ਅਣਗਿਣਤ ਹਮ ਉਹਨਾਂ ਨੂੰ ਇਕੱਠੀਆਂ ਕਰ ਲੈਂਦੇ ਸੀ ਉਹ ਹਮ ਉਹਨਾਂ ਉੱਪਰ ਪੈਟਰੋਲ ਛਿੜਕਦੇ ਨਾਲ ਉਹਨਾਂ ਨੇ ਹਮ ਕਹਿੰਦੇ ਫਿਰ ਛਿੜਕੇ ਜਿਵੇਂ ਆਪ ਦੁਨੀਆ ਕੱਢ ਲਈ ਯਾਤਰੂ ਸੀ ਜਿਹੜੇ ਅੰਦਰ ਬੈਠੇ ਸੀ ਸ਼ਰਾਬ ਦੇ ਵਿੱਚ ਹਮ ਉਹਨਾਂ ਨੂੰ ਆੜਦਾਲੇ ਬਿਠਾ ਲੈਣਾ ਉਹਦੇ ਹਮ ਉੱਪਰ ਉਹਨਾਂ ਨੇ ਗੰਨਾ ਬੀੜੀਆਂ ਹੁੰਦੀਆਂ ਸੀਗੀਆਂ ਉਹਨਾਂ ਨੂੰ ਉਹਨਾਂ ਨੂੰ ਅੱਗ ਲਾਦੇ ਨਹੀਂ ਲਾਸਾਂ ਨੂੰ ਜਿਹੜੇ ਜਿੰਦਾ ਬੈਠੇ ਨੇ ਉਹਨਾਂ ਨੂੰ ਗੋਲੀਆਂ ਚਲਾ ਕੇ ਮਾਰਦੇ ਨੇ ਉਹਨਾਂ ਨੇ ਬੀਸ ਤਰਾ ਮਾਰ ਦਿੰਦੇ ਸੀ ਉਹ ਅੱਛਾ ਕਹਿੰਦੇ ਜਿਸ ਟਾਈਮ ਤੀਜਾ ਪੂਰ ਆਇਆ ਸਾਡਾ ਕਹਿੰਦੇ ਸਾਡੇ ਮਨ ਚ ਇੱਕ ਗੱਲ ਆਈ ਉਸ ਟਾਈਮ ਵੀ ਚਲੋ ਆਪਾਂ ਹੋਰ ਤਾਂ ਕੁਝ ਨਹੀਂ ਕਰ ਸਕਦੇ ਇਹ ਵੀ ਇੱਕ ਗੱਲ ਕਰ ਦੋਗੇ ਵੀ ਜਿਸ ਟਾਈਮ ਗੋਲੀ ਚੱਲੂਗੀ ਆਪਾਂ ਚਕਾਰਾ ਜ਼ਰੂਰ ਛੜ ਜੂਗੇ ਚੜ੍ਹਦੀ ਕਲਾ ਤੱਕ ਹੂੰ ਵੀ ਹੋਰ ਤਾਂ ਕੁਝ ਕਰ ਹੀ ਨਹੀਂ ਸਕਦੇ ਹੁੰਦੇ ਬੇਬਸਾਂਗੇ ਉਹਰੇ ਹੂੰ ਕਹਿੰਦੇ ਉੱਥੇ ਕੀ ਆਇਆ ਇੱਕ ਗੋਲੀ ਚੱਲੀ ਜੀ ਉੱਪਰੋਂ ਦੂਜੀ ਗੋਲੀ ਤੀਜੀ ਗੋ ਕਹਿੰਦੇ ਚਲੋ ਅਸੀਂ ਵੀ ਕਹਿ ਲਾਗੇ ਵੀ ਹੈ ਨਾ ਰੋਜ਼ ਪੜਦੇ ਆਪਾਂ ਸ਼ਬਦ ਵੀ ਮੋਹ ਮਾਰਨੇ ਦਾ ਚੌਹ ਹੈ ਮਰੋ ਤਾਂ ਹਰ ਕੇ ਦੁਆਰ ਵੀ ਚਲੋ ਸਾਨੂੰ ਵੀ ਇਹ ਲੱਗ ਰਿਆ ਸੀ ਵੀ ਜੇ ਚਲੋ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਆਇਆ ਨੂੰ ਮੌਤ ਮਿਲ ਜੇ ਹੋਰ ਸਾਨੂੰ ਕਿਆ ਚਾਹੀਦਾ ਹੈਗਾ ਚੰਗੀ ਗੱਲ ਆ ਸਾਡੇ ਵਾਸਤੇ ਵੀ ਜ਼ਿੰਦਗੀ ਲੇਖੇ ਲੱਭੂਗੀ ਕਹਿੰਦੇ ਫਿਰ ਪਤਾ ਨਹੀਂ ਮਹਾਰਾਜ ਦੀ ਕਿਆ ਕਰਤਾ ਵੀ ਗੁਰੂ ਰਾਮਦਾਸ ਜੀ ਕਹਿੰਦੇ ਤੀਜੀ ਗੋਲੀ ਨਹੀਂ ਚੱਲੀ ਸਾਨੂੰ ਉੱਥੋਂ ਉਹਨਾਂ ਨੇ ਉਠਾ ਲਿਆ ਜੀ ਲਾਸਾਂ ਕੋਲ ਅੱਛਾ ਕਹਿੰਦੇ ਸਾਨੂੰ ਕਹਿੰਦੇ ਵੀ ਚਲੋ ਬਾਹਰ ਚਲੋ ਤੁਸੀਂ ਹੂੰ ਕਹਿੰਦੇ ਬਾਹਰ ਗਏ ਉੱਥੋਂ ਸਾਨੂੰ ਬਾਹਰ ਕੱਢ ਲਿਆ ਮੇਨ ਰੋ ਕਹਿੰਦੇ ਉੱਥੋਂ ਉਹਨਾਂ ਨੇ ਅੱਧਾ ਕਿਲੋਮੀਟਰ ਦੂਰ ਪਸਾ ਖੜੀ ਕਰੀਆਂ ਹੋਈਆਂ ਸੀਗੀਆਂ ਉੱਥੋਂ ਹੂੰ ਕਹਿੰਦੇ ਉਹਦੇ ਆਲੇ-ਦਾਲੇ ਫੌਜੀ ਖੜੇ ਸੀਗੇ ਰਫਰਾਂ ਲੈ ਕੇ ਉੱਥੋਂ ਬੰਦੇ ਨੂੰ ਭੱਜਣਾ ਵੀ ਤੋਂ ਪਾਤਗੀ ਜਾ ਕੇ ਪਾਸੇ ਚੜ ਜਾਉ ਹੂੰ ਕਹਿੰਦੇ ਜਿਸ ਟਾਈਮ ਪਾਸ ਚੜਨਾ ਦੋਨੋਂ ਪਾਸੇ ਉਹਦੇ ਬੱਟ ਮਾਰੀਆਂ ਨੇ ਆਰਮੀ ਵਾਲਿਆਂ ਨੇ ਦੋਨੋਂ ਪਾਸਾ ਤੋਂ ਉਹਦੇ ਹੂੰ ਵੀ ਬੱਟ ਮਾਰ-ਮਾਰ ਜਦ ਤੱਕ ਬੰਦਾ ਕਦੇ ਪਾਸ ਵਿੱਚ ਐਂਟਰ ਨਹੀਂ ਕਰਦਾ ਕਹਿੰਦੇ ਜਦ ਤੱਕ ਉਹਨੂੰ ਕੁੱਟੀ ਜਾਂਦੇ ਸੀ ਉਹ ਹੂੰ ਵੀ ਇਸ ਤਰ੍ਹਾਂ ਦੇ ਹਾਲਾਤ ਹੋ ਗਏ ਹੁਣ ਇੱਕ ਪਾਸੇ ਵਿੱਚ ਆਪਾਂ ਦੇਖਦੇ ਆਂ ਸਰ 40-50 ਬੰਦੇ ਬੈਠਦੇ ਆ ਨਾ ਆਪਾਂ ਕਹਿੰਦੇ ਉਹ ਕਹਿੰਦੇ ਬਾਥ ਵਿੱਚੋਂ 100 100 ਬੰਦਾ ਚੜ੍ਹਦੇ ਹੁੰਦੇ ਸੀਗੇ ਅੱਛਾ ਵੀ ਜਦ ਤੱਕ ਬੰਦਾ ਖਿੜਕੀ ਤੋਂ ਅੰਦਰ ਨਹੀਂ ਹੁੰਦਾ ਸੀ ਉਹਨੂੰ ਕੁੱਟੀ ਜਾਂਦੇ ਸੀ ਉਹ ਹੂੰ ਉਹ ਵਿਚਾਰਾ ਡਰਦਾ ਮਾਰਾ ਕੁੱਟ ਖਾਦਾ ਖਾਂਦਾ ਹੋਰ ਮਾੜਾ ਮੋਟੀ ਜਗ੍ਹਾ ਬਣਾ ਲਦਾ ਸੀ ਅੰਦਰ ਹੂੰ ਉਹ ਕਹਿੰਦੇ ਫਿਰ ਉੱਥੋਂ ਸਾਨੂੰ ਉਹ ਕੈਂਪਾਂ ਚ ਲੈ ਗਿਆ ਕਿ ਜਾ ਕੇ ਉੱਥੋਂ ਫਿਰ ਸਾਨੂੰ ਅੱਛਾ ਕੋਈ ਆਰਮੀ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਵੀ ਕਿਸ ਕਿਹੜੇ ਇਲਾਕੇ ਦੀ ਜਿਹੜੀ ਆਰਮੀ ਲਗਾਈ ਗਈ ਸੀ ਉਹਨਾਂ ਦੇ ਨਾਲ ਫੌਜੀਆਂ ਦੇ ਨਾਲ ਜਿਹੜੇ ਉੱਥੇ ਉਹਨਾਂ ਨਾਲ ਗੱਲਬਾਤ ਨਹੀਂ ਹੁੰਦੀ ਸੀ ਜੀ ਇਹਨਾਂ ਸਰ ਆਰਮੀ ਦਾ ਐਕਚੁਅਲੀ ਨਾ ਜੇਕਰ ਕਰਿਆ ਬਾਤ ਵੀ ਸਾਰੀ ਵੀ ਪਹਿਲਾਂ ਤਾਂ ਉਥੇ ਸੀਆਰਪੀ ਸੀਗੀ 2 ਤਰੀਕ ਤੱਕ ਤਾਂ ਫਿਰ 3 ਤਰੀਕ ਨੂੰ ਆਰਮੀ ਨੇ ਪਾਇਆ ਫਿਰ ਉਥੋਂ ਨਾ ਐਕਚੁਅਲੀ ਦਰਬਾਰ ਸਾਹਿਬ ਦੇ ਇਸ਼ਟੇਮੇ ਆਏ ਨਗੇ ਵੀ ਸਾਨੂੰ ਤਾਂ 1 ਮਹੀਨਾ ਪਤਾ ਹੀ ਨਹੀਂ ਸੀਗਾ ਕਿ ਕਿਸੇ ਪੂਰੇ ਪਿੰਡ ਵਿੱਚ ਸਾਰੇ ਪਿੰਡ ਚ ਸੋਗ ਸੀਗਾ ਸਾਡੇ ਚ ਵੀ ਪਿੰਡ ਪਿੰਡ ਦੇ ਪੰਜ ਮੁੰਡੇ ਸੀਗੇ ਵੀ ਹੁਣ ਪਿੰਡ ਹੀ ਖਾਲੀ ਹੋ ਗਿਆ ਸਾਰਾ ਸਾਰੇ ਨੌਜਵਾਨ ਬੰਦੇ ਸੀ ਸਾਰੇ ਇਹ ਚਲ ਉਸ ਤੋਂ ਬਾਅਦ ਸਾਡੇ 1 ਮਹੀਨੇ ਬਾਅਦ ਸੁੱਟ ਕੇ ਆਇਆ ਸੀ ਉਥੋਂ ਪੀ ਸਾਨੂੰ ਪਤਾ ਲੱਗਿਆ ਸੀ ਮਹੀਨੇ ਬਾਅਦ ਕਿ ਉਹ ਸਾਡੇ ਸੰਗਰੂਰ ਜੇਲ੍ਹ ਚ ਆ ਗਏ ਅੱਛਾ ਉੱਥੇ ਤੱਕ دوست ਲੱਗਿਆ ਹੁੰਦਾ ਸੀ ਉਹ ਸਾਨੂੰ ਸਾਮ ਨੂੰ ਖਬਰ ਦੇ ਕੇ ਗਿਆ ਕਿ ਹੂੰ ਕਿ ਜੀ ਆਪਣੇ ਸਾਰੇ ਪਿੰਡ ਦੇ ਮੁੰਡੇ ਸਹੀ ਸਲਾਮਤ ਆ ਗਏ ਹੂੰ ਫਿਰ ਉਹ ਉੱਥੋਂ ਆ ਕੇ ਨਾ ਉਸ ਟਾਈਮ ਆਪਣੇ ਇੱਕ ਸੰਪਰਕ ਮੈਗਜ਼ੀਨ ਸਪਦਾ ਸੀਗਾ ਉਹਦੇ ਵਿੱਚ ਆ ਕੇ ਇਹਨਾਂ ਨੇ ਇੱਕ ਲੇਖ ਲਿਖਿਆ ਅੱਖੀਂ ਡਿੱਠਾ ਨੀਲਾ ਤਾਰਾ ਠੀਕ ਹੈ ਉਸ ਦੇ ਵਿੱਚ ਹੂੰ ਉਹਦੇ ਵਿੱਚ ਇਹਨਾਂ ਨੇ ਸਾਰਾ ਵਰਣਨ ਕਰਿਆ ਹੋਇਆ ਇਹ ਸਾਰੀਆਂ ਹਾਲਾਤਾਂ ਦਾ ਅਛਾ ਫਿਰ ਜਦੋਂ ਉਹ ਵਾਪਸ ਜੇਲ੍ਹ ਦੇ ਵਿੱਚ ਆ ਜਾਂਦੇ ਆ ਸੰਗਰੂਰ ਜੇਲ੍ਹ ਦੇ ਅੰਦਰ ਤਾਂ ਉਸ ਵਕਤ ਤੁਸੀਂ ਮੁਲਾਕਾਤ ਫਿਰ ਹੁੰਦੀ ਆ ਸੌਖੀ ਹੋ ਜਾਂਦੀ ਆ ਨਹੀਂ ਉਸ ਟਾਈਮ ਸਾਰੇ ਐਕਟਰੀਨ ਪਰ ਕੋ ਕੇਸ ਨਹੀਂ ਸੀ ਨਾ ਹੂੰ ਉਹ ਤਾਂ ਇੱਕ ਵੈਸੇ ਜਿਵੇਂ ਕਹਿੰਦੀ ਆਪਾਂ ਯਾਤਰੀ ਤੌਰ ਤੇ ਫੜੇ ਗਏ ਸੀਗੇ ਹੂੰ ਫਿਰ ਉੱਥੇ ਕੋਈ ਨਹੀਂ ਨੈਸਟਡੇ ਪੰਚਾਇਤ ਗਈ ਸੀਗੀ ਉੱਥੋਂ ਉੱਥੋਂ ਸੁੱਟ ਕੇ ਆ ਗਏ ਹੂੰ ਪਰ ਉਸ ਤੋਂ ਬਾਅਦ ਜਿਹੜੇ ਇਹਨਾਂ ਨੇ ਉੱਥੇ ਹਾਲਾਤ ਬਿਆਨ ਕਰੇ ਉੱਥੇ ਇਹਨਾਂ ਨੇ ਜਿਸ ਤਰ੍ਹਾਂ ਉਹਨੂੰ ਕੈਂਪਾਂ ਵਿੱਚ ਲੈ ਗਏ ਹੂੰ ਕਹਿੰਦੇ ਜਿਵੇਂ ਸਾਡੇ ਪਿੰਡਾਂ ਦੇ ਸਕੂਲ ਸੀ ਲਵੇ ਨੇੜੇ ਪਿੰਡਾਂ ਦੇ ਵਿੱਚ ਉਹ ਸਾਰੇ ਆਰਮੀ ਵਾਲਿਆਂ ਨੇ ਕੈਂਪ ਬਣਾਏ ਹੋਏ ਸੀ ਆਪਣੇ ਸਕੂਲਾਂ ਦੇ ਸਰਕਾਰੀ ਬਿਲਡਿੰਗਾਂ ਦੇ ਹੂੰ ਉਹ ਕਹਿੰਦੇ ਉੱਥੇ ਵੀ ਇੱਕ ਕਮਰੇ ਵਿੱਚ ਜਿਵੇਂ ਆਪਣੇ 25 ਕਿ 30 ਬੰਦਿਆਂ ਦੇ ਬੈਠਣ ਦੀ ਜਗ੍ਹਾ ਵੀ ਉੱਥੇ 50 50 ਬੰਦੇ ਨੂੰ ਅੰਦਰ ਪਾ ਦਿੰਦੇ ਸੀ ਨਾ ਕੋਈ ਪੱਖਾ ਉੱਥੇ ਨਾ ਪਾਣੀ ਬਿਸਤਰਾ ਦੇ ਉੱਥੇ ਸੀ ਹਾਲਾਤ ਦੇਖੇ ਬਹੁਤ ਬੁਰੇ ਫਿਰ ਉੱਥੇ ਕਹਿੰਦੇ ਵੀ ਇਕੱਲੇ ਇਕੱਲੇ ਬੰਦੇ ਨੂੰ ਕਈ ਕਈ ਵਾਰ ਉਹਨਾਂ ਨੇ ਕਹਿੰਨਾ ਸੀਸੇ ਆਗੋਂ ਕੱਢਿਆ ਵੀ ਸੀਸੇ ਵਿੱਚ ਉਹਨਾਂ ਦਾ ਆਪਣੇ ਸੀਆਈਡੀ ਦੇ ਬੰਦੇ ਬੈਠੇ ਹੋਏ ਸੀਗੇ ਜਿਨ੍ਹਾਂ ਨਾਲ ਕੁਝ ਫੋਟੋ ਆ ਪਹਿਚਾਣੀਆਂ ਵਈਆਂ ਸੀਗੀਆਂ ਕਹਿੰਦੇ ਉਹਦੇ ਵਿੱਚ ਫਿਰ ਉਹ ਕਈ ਕਈ ਵਾਰ ਸਾਨੂੰ ਸਨਾਖਤ ਹੋਈ ਸਾਡੀ ਫਿਰ ਉਸ ਤੋਂ ਅਜਿਹੇ ਕੋਈ ਬੰਦਾ ਉਹ ਲੱਗਦਾ ਸੀ ਕਿ ਇਹ ਸਨਾਖਤਾ ਫਿਰ ਉਹਨੂੰ ਅਲੱਗ ਕਮਰੇ ਚ ਬੰਦ ਕਰ ਦਿੰਦੇ ਸੀ ਉਹਨਾਂ ਵਾਰ ਹੋਰ ਬਹੁਤ ਸਖਤਾਈ ਹੁੰਦੀ ਸੀ ਹੂੰ ਫਿਰ ਉਹ ਕਹਿੰਦਾ ਸੀ ਰੋਟੀ ਖਾਣ ਲੱਗਣਾ ਉੱਥੇ ਅਸੀਂ ਵੀ ਰੋਟੀ ਖਾਂਦੇ ਖਾਂਦੇ ਸਾਡੇ ਵਿੱਚ ਉਹਨਾਂ ਨੇ ਵੀ ਕੁੱਤੇ ਛੱਡਦੇ ਨੇ ਅੱਛਾ ਵੀ ਜਿਨ੍ਹਾਂ ਨੂੰ ਹਥਿਆਰ ਸੰਭਾਏ ਹੋਏ ਸੀ ਉੱਥੇ ਉਹਨਾਂ ਨੇ ਹੂੰ ਹੁਣ ਉਹ ਕਹਿੰਦਾ ਵੀ ਮੈਨੂੰ ਲੱਗਦਾ ਸੀ ਵੀ ਚਲੋ ਹਥਿਆਰ ਵਸਿੱਟ ਕੇ ਆਇਆ ਉੱਥੇ ਉਹਦੇ ਵਿੱਚ ਨਾ ਹੂੰ ਜੋ ਨਿਊ ਦੀ ਐਚ ਰੇਨ ਦੀ ਨਾ ਸੋਚ ਬਹੁਤ ਅੱਗੇ ਦੀ ਸੀਗੀ ਆ ਪਾਰਟੀ ਚ ਗੱਲ ਕਰੀਏ ਕਿ ਸੋਚਣ ਦੀ ਗੱਲ ਹੁਣ ਉਹ ਚੀਜ਼ ਆਪਾਂ ਕੋ ਆਮ ਬੰਦਾ ਨਹੀਂ ਸੋਚ ਸਕਦਾ ਮਨਾ ਹਥਿਆਰ ਸਿੱਟ ਕੇ ਚੱਲੋ ਯਾਰ ਹੂੰ ਪਰ ਉਹ ਗਟਰ ਵੀ ਸਿੱਟ ਕੇ ਆਇਆ ਕਿ ਉਹਨੂੰ ਪਤਾ ਸੀ ਕਿ ਹ ਤਾਂ ਮੈਨੂੰ ਪਹਿਲਾਂ ਵੀ ਜੇ ਨਾ ਸਿੱਟ ਤੇ ਕੇਦੇ ਹੱਥ ਲਾ ਗਏ ਵੀ ਕੱਲ ਨੂੰ ਸਾਨੂੰ ਅਸੀਂ ਫੜ ਹੋ ਸਕਦੇ ਆ ਹਥਿਆਰ ਉੱਪਰ ਹੂੰ ਕਹਿੰਦੇ ਉਹ ਜਾ ਕੇ ਉੱਥੇ ਚੀ ਸੱਚ ਹੋਈ ਜਾ ਕੇ ਜਿਸ ਟਾਈਮ ਕੈਂਪਾਂ ਵਿੱਚ ਆਏ ਤਾਂ ਉਹ ਦੇਖਿਆ ਕਿ ਕੁੱਤੇ ਸਾੜ ਕੇ ਜਿਹਨੇ ਸਨਾਖਤ ਹੋ ਜਾਂਦੇ ਸੀ ਉਹਨੂੰ ਚੱਕ ਕੇ ਲੈ ਜਾਂਦੇ ਸੀ ਅਲੱਗ ਉਹ ਹੂੰ ਵੀ ਉੱਥੇ ਇਹ ਸੀ ਕਿ ਰੋਟੀ ਜੇ ਨੀਚੇ गिर ਗਈ ਤਾਂ ਉਹਨੂੰ ਚਾਹ ਰੇਤਾ ਲੱਗ ਗਿਆ ਉਹਨੂੰ ਵੀ ਸਾਨੂੰ ਖਾਣੀ ਪੈਂਦੀ ਸੀ ਉਹ ਅੱਛਾ ਵੀ ਇਹ ਵੀ ਇਸ ਤਰ੍ਹਾਂ ਹੂੰ ਫਿਰ ਉਸ ਤੋਂ ਬਾਅਦ ਕੀ ਹੋਇਆ ਕਹਿੰਦੇ ਦੋ ਤਿੰਨ ਦਿਨ ਬਾਅਦ ਪਤਾ ਲੱਗਿਆ ਸਾਡੇ ਤੇ ਹੋਰ ਸਖਤਾਈ ਬਹੁਤ ਕਰਤੀ ਕਿਸੇ ਨੂੰ ਨਾ ਦਵਾਈ ਦੇ ਨਾ ਸਾਨੂੰ ਪੂਰਾ ਦਿਨ ਪਾਣੀ ਪੀਣ ਨੂੰ ਦਿੱਤਾ ਕਹਿੰਦੇ ਫਿਰ ਪਤਾ ਲੱਗਿਆ ਵੀ ਸਾਡੀ ਆਰਮੀ ਨੇ ਬਗਾਵਤ ਕਰਤੀ ਹੂੰ ਸਿੱਖ ਆਰਮੀ ਨੇ ਹੂੰ ਕਹਿੰਦੇ ਫਿਰ ਸਾਡੇ ਤੇ ਹੋਰ ਬਹੁਤ ਸਖਤਾਈ ਕਰਤੀ ਉੱਥੋਂ ਅੱਛਾ ਫਿਰ ਹੌਲੀ ਕਰਦੇ ਕਰਦੇ ਫਿਰ 1 ਮਹੀਨੇ ਬਾਅਦ ਸਾਰੇ ਵਾਪਸ ਆਏ ਸੀ ਉੱਥੋਂ ਸਾਨੂੰ ਪਤਾ ਲੱਗਿਆ ਸੰਗਰੂਰ ਜੀਲ ਚ ਫਿਰ ਅੱਗੇ ਤਾਂ ਪੰਚਾਇਤ ਗਈ ਉੱਥੇ ਫਿਰ ਉਹ ਪਰ ਕੇ ਬਾਹਰ ਆ ਕੇ ਫਿਰ ਕਿਸ ਤਰੀਕੇ ਦਾ ਉਹਨਾਂ ਦਾ ਵਤੀਰਾ ਹੁੰਦਾ ਬਾਹਰ ਆ ਕੇ ਸਾਰਾ ਇੱਥੇ ਨਾ ਉਹਨਾਂ ਨੇ ਜਿਸ ਟਾਈਮ ਕਹਿ ਰਹੇ ਸੀ ਵੀ 2-3 ਮਹੀਨੇ ਬਾਅਦ ਵਾਪਸ ਕੈਨੇਡਾ ਅਮਰੀਕਾ ਚਲੇ ਜਾਣਾ ਹੈ ਅੱਛਾ ਜੋ ਉਹਨਾਂ ਦੀ ਪਲੈਨਿੰਗ ਸੀ ਉਸ ਤੋਂ ਬਾਅਦ ਇਹਨਾਂ ਦੇ ਮਨ ਤੇ ਆ ਕੇ ਇਹਨਾਂ ਅਸਰ ਹੋਇਆ ਇਹ ਕਹਿੰਦਾ ਮੈਂ ਦੁਨੀਆ ਘੁੰਮ ਕੇ ਦੇਖ ਲੇ ਹੂੰ ਵੀ ਇਸ ਤੋਂ ਅਗੇ ਦੁਨੀਆ ਨਹੀਂ ਹੈ ਕੋਸੋਰ ਹੂੰ ਵੀ ਸਾਡੇ ਦੇ ਸਭ ਤੋਂ ਉੱਚਾ ਸਤਾਰਾ ਸਾਡਾ ਕਾਲ ਤਖਤ ਸਾਹਿਬ ਹੈ ਨਾ ਵੀ ਜੇ ਸਾਡਾ ਕਾਲ ਤਖਤ ਸਾਹਿਬ ਹੀ ਢਾਗ ਗਿਆ ਉਹ ਸਾਡੇ ਇੱਥੇ ਤੱਕ ਚੜ ਕੇ ਆ ਗਏ ਵੀ ਹੁਣ ਜ਼ਿੰਦਗੀ ਜੀਣ ਦਾ ਕੋਈ ਫਾਇਦਾ ਨਹੀਂ ਕੋਈ ਹੂੰ ਵੀ ਹੁਣ ਨਹੀਂ ਜ਼ਿੰਦਗੀ ਅੱਗੇ ਤਾਂ ਬਸ ਖਾਤੋਂ ਦੇ ਜਿਹੜੇ ਹੁੰਦੇ ਨਾ ਚੋਅ ਆਪਣੇ ਸਾਰਾ ਨਾ ਜ਼ਿੰਦਗੀ ਤੇ ਉਹ ਖਤਮ ਹੋ ਗਏ ਉਹਨਾਂ ਦੇ ਉਹ ਕਹਿੰਦੇ ਨਹੀਂ ਹੁਣ ਨਹੀਂ ਅੱਗੇ ਜ਼ਿੰਦਗੀ ਬਸ ਧਰਮ ਦੇ ਲੇਖ ਹੀ ਲਾਣੀਆਂ ਗਈ ਹੂੰ ਵੀ ਮੈਂ ਨਹੀਂ ਜਾਣਾ ਹੈਗਾ ਫਿਰ ਉਸ ਤੋਂ ਬਾਅਦ ਉਹ ਪੱਤਰਕਾਰੀ ਦੇ ਰਸਤੇ 'ਚ ਫੇਰ ਆ ਗਏ ਮੁੜ ਕੇ ਸਰ ਅੱਛਾ ਹਥਿਆਰ ਨਹੀਂ ਚੁੱਕਦੇ ਉਹ ਕਲਮ ਚੁੱਕਦੇ ਨੇ ਕਲਮ ਚੁੱਕਦੇ ਨੇ ਸਰ ਹਾਂ ਉਹ ਚੀਜ਼ ਜਿਹੜੀ ਅੱਪਾ ਗੱਲ ਕਰ ਰਹੇ ਆਂ ਕਿ 75 ਵਿੱਚ ਲਿਖੀ ਸੀ ਉਹਨਾਂ ਨੇ ਆ ਕੇ ਫਿਰ ਉਹਨਾਂ ਨੇ ਅਜੀਤ ਟ੍ਰਿਬਿਊਨ ਅੱਜ ਦੀ ਆਵਾਜ਼ ਹੂੰ ਇਹਨਾਂ ਸਾਰੇ ਪੇਪਰ ਵਾਸਤੇ ਪੱਤਰਕਾਰੀ ਕਰਦੇ ਸੀ ਸਰ ਹੂੰ ਫਿਰ ਉਸ ਤੋਂ ਬਾਅਦ ਆਪਣੇ ਜਿਸ ਟਾਈਮ ਜ਼ਿਆਦਾ ਹਾਲਾਤ ਖਰਾਬ ਹੋਏ ਪਰ ਲਾਈਏ 99 90 ਚ ਆ ਕੇ ਹੂੰ ਫਿਰ ਆਪਣੇ ਇੱਕ ਮਨੁੱਖੀ ਅਧਿਕਾਰ ਸੰਗਠਨ ਬਣੀ ਸਰ ਜੀ ਅਜੀਤ ਸਿੰਘ ਬੈਂਸ ਜੀ ਉਹਨਾਂ ਨੇ ਬਣਾਈ ਸੀਗੀ ਹੂੰ ਨਵਕਿਰਨ ਸਿੰਘ ਉਹ ਰੀ ਵਕੀਲ ਆ ਹੂੰ ਤੇ ਇਹ ਫਿਰ ਉਹਨਾਂ ਨੇ ਇਹਨਾਂ ਨੂੰ ਜ਼ਿਲ੍ਹਾ ਦਾ ਸਖਤਰ ਚੁਣ ਲਿਆ ਬਣੇ ਬਹੁਤ ਸਖਤਰ ਜਿਹਦੇ ਵਿੱਚ ਜਸਵੰਤ ਸਿੰਘ ਖਾਲੜਾ ਨੇ ਵੀ ਕੰਮ ਕੀਤਾ ਹਾਂਜੀ 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 ਅਜਿਹੀ ਗੱਲ ਉਹ ਹੀ ਆ ਜਾਂਦੀ ਹੈ ਸਰ ਜਿਵੇਂ ਆਪਾਂ ਚਲੋ ਖਾਲੜਾ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਸਰ ਹੂੰ ਠੀਕ ਹੈ ਆਪਾਂ ਉਹ ਚੀਜ਼ ਮੰਨਦੇ ਆ ਉਸ ਚੀਜ਼ ਨੂੰ ਇਗਨੋਰ ਨਹੀਂ ਮਾਰਦੇ ਉਸ ਸਮੇਂ ਚਲੇ ਹਾਲਾਤ ਹੀ ਇੰਨੇ ਸੀਗੇ ਇੱਕ ਸਿੰਪਲ ਜਿਹੀ ਗੱਲ ਆਂਦੀ ਹੈ ਕਿ ਜਿਹੜੀ ਇਹਨਾਂ ਨੇ ਪੱਤਰਕਾਰੀ ਕਰੀ ਉਹ ਸਾਰੇ ਚੀਜ਼ਾਂ ਕਰੀਆਂ ਵੀ ਇੱਕ ਗੱਲ ਆ ਜਾਂਦਾ ਜੋ ਚੀਜ਼ ਖਾਲੜਾ ਸਾਹਿਬ ਨੇ 1995 ਵਿੱਚ ਕਰੀ ਸਰ ਹੂੰ ਪਰ ਉਹ ਚੀਜ਼ ਦੀ ਸ਼ੁਰੂਆਤ ਭਾਈ ਸਾਹਿਬ ਉਹਨੇ 90 91 ਸ਼ੁਰੂਆਤ ਇਹ ਕਰਕੇ ਸੀ ਇਸ ਕੰਮ ਦੀ ਜੋ ਲਵਾਰਸ ਲਾਸਾ ਸਰ ਜੀ ਕਹ ਦਿੰਦੇ ਆ ਹਨਾ ਲਵਾਰਸ ਲਾਸਾ ਹੂੰ ਵੀ ਘਾਰਾ ਜੀ ਦਾ ਕੰਮ ਇਹ ਸੀ ਕਿ ਉਹ ਲਵਾਰਸ ਲਸਾਂ ਦੇ ਸਾਡੇ ਸਾਹਮਣੇ ਲੈ ਕੇ ਆਏ ਹਮ ਪਰ ਉਸ ਟਾਈਮ ਦੇਖੀਏ ਤਾਂ ਹਾਲਾਤ ਕੁਝ ਬਦਲ ਗਏ ਸੀ 95 ਵਿੱਚ ਫੇਰ ਵੀ ਆ ਕੇ ਹਮ ਚਲੋ ਉਹ ਤਾਂ ਹੁਣ ਪਤਾ ਸੀ ਗਵਰਨਮੈਂਟ ਨਾਲ ਮੱਥਾ ਲਾਓਗੇ ਤਾਂ ਸਰ ਉਹ ਚੀਜ਼ ਤਾਂ ਹੋਣੀ ਹੀ ਹੈ ਹਮ ਜਾ ਭਾਈ ਸਾਹਿਬ ਵੀ ਫਿਰ ਲਾ ਵਾਰਸ ਲਾਸ਼ਾਂ ਨੂੰ ਉਹ ਕਰਦੇ ਸੀ ਵਟੌਰਦੇ ਸੀ ਉਹਨਾਂ ਦੀ ਸਨਾਖਤ ਕਰਾਉਂਦੇ ਸੀ ਜਾਂਚ ਪੜਤਾਲ ਕਰਦੇ ਸੀਗੇ ਕਿ ਇਸ ਤਰ੍ਹਾਂ ਕੰਮ ਕਰਦੇ ਸੀ ਇਹਨਾਂ ਦਾ ਸਰ ਜਿਹੜਾ ਮੇਨ ਕੰਮ ਸੀਗਾ ਉਹ ਇਹ ਸੀਗਾ ਜਿਵੇਂ ਆਪਾਂ ਗੱਲ ਕਹਿ ਦਾਂ ਕਿ ਮਨੁੱਖੀ ਅਧਿਕਾਰ ਜਿਹਨੂੰ ਕਹਿ ਦਿੰਦੇ ਆਪਾਂ ਹਾਂ ਸਰ ਇਹ ਕਹਿੰਦੇ ਸੀ ਕਿ ਸਾਨੂੰ ਅਧਿਕਾਰ ਆ ਸਾਡੇ ਤੇ ਕੋਈ ਕੇਸ ਵੀ ਬਣਦਾ ਤੁਹਾਨੂੰ ਜੇਲ੍ਹ ਚ ਪੇਸ਼ ਕਰੋ ਤੁਸੀਂ ਹਮ ਅਦਾਲਤ ਚ ਪੇਸ਼ ਕਰੋ ਸਾਡੇ ਤੇ ਕੇਸ ਚਲਾਉ ਕੋਈ ਚੱਕਰ ਨਹੀਂ ਅਸੀਂ ਮੁਜਰਮਾਂ ਤਾਂ ਮੁਜਰਮ ਹੀ ਸਦਾ ਵੀ ਭੁਗਤ ਲਵਾਂਗੇ ਅਸੀਂ ਪਰ ਤੁਸੀਂ ਇਹ ਨਹੀਂ ਕਿ ਤੁਸੀਂ ਬੰਦਾ ਫੜਿਆ ਉਹਨੂੰ ਗੋਲੀ ਮਾਰਤੀ ਇਹ ਤੁਹਾਨੂੰ ਅਧਿਕਾਰ ਨਹੀਂ ਕਿਸੇ ਦਾ ਜਿਵੇਂ ਇਨਕਾਊਂਟਰ ਹਿੱਤੇ ਜਾਂਦੇ ਸੀ ਮੁਕਾਬਲੇ ਬਣਾਏ ਜਾਂਦੇ ਸੀ ਉਹ ਸਮੇਂ ਤੇ ਬਹੁਤ ਸਾਰੇ ਇਨਕਾਊਂਟਰ ਹੋਏ ਸਰ ਉਹਦੇ ਵਿੱਚ ਕਿਹਾ ਹੋਇਆ ਕਿ ਸਰ ਇੱਕ ਦਿਨ ਜਿਵੇਂ ਪੱਤਰਕਾਰ ਹੀ ਕਰਦੇ ਕਰਦੇ ਇੱਕ ਦਿਨ ਕੁਦਰਤੀ 1991 ਦਸੰਬਰ ਦੀ ਗੱਲ ਆ ਗਈ ਹੈ ਹਮ ਅਜੀਤ ਪੇਪਰ 'ਚ ਖਬਰ ਆਂਦੀ ਆ ਕਿ ਜੋੜੀਪੋਲ ਦੇ ਨੇੜੇ ਪੁਲਿਸ ਨਾਲ ਮੁਕਾਬਲੇ ਵਿੱਚ ਦੋ ਅਣਪਛਾਤੇ ਖੜਕੂ ਬਾਰੇ ਗਏ ਹਮ ਉਹਨਾਂ ਨੇ ਇਹ ਗੱਲ ਲਿਖਤੀ ਹਮ ਚਲੋ ਇਹ ਇਹਨਾਂ ਨੇ ਖਬਰ ਪੜੀ ਸਵੇਰੀ ਖਬਰ ਪੜ ਕੇ ਹੈ ਉੱਥੇ ਚਲੇ ਗਏ ਨੇ ਰਸੋਈ ਪਿੰਡਾਂ ਜੋੜੀਪੁਰਾਂ ਦੇ ਨਾਲ ਜਦੋਂ ਉੱਥੇ ਜਾ ਕੇ ਇਹਨਾਂ ਨੇ ਸਾਰੀ ਚੀਜ਼ ਦੀ ਤਹਿਕੀਕਾਤ ਕੀਤੀ ਜਿਹੜਾ ਉਹ ਏਰੀਆ ਹੈ ਜੋੜੀਪੁਰ ਪਿੰਦੇ ਨੇ ਇਹ ਜੋੜੀਪੁਰ ਪਿੰਦੇ ਨੇ ਖੰਨਾ ਜ਼ਿਲ੍ਹੇ ਦੇ ਵਿੱਚ ਸਰ ਪੁਲਿਸ ਥਾਣਾ ਇਹਨਾਂ ਨੂੰ ਪੁਲਿਸ ਜ਼ਿਲ੍ਹਾ ਖੰਨਾ ਪੈਂਦਾਗਾ ਠੀਕ ਹੈ ਜਿਹੜੇ ਖਬਰ ਲਾਇਆ ਸੀ ਉਹ ਲਾਇਆ ਸੀ ਪੁਲਿਸ ਮਰੀਰ ਕੋਟਲਾ ਨੇ ਹਮ ਏਐਸਪੀ ਮਰੀਰ ਕੋਟਲਾ ਹੁੰਦਾ ਸੀਗਾ ਇੱਕ ਵਾਰ ਫੀਸ ਹੁੰਦਾ ਹੁਣ ਚੰਨੀ ਸਰਕਾਰ ਨੇ ਉਹਨ ਡੀਜੀਪੀ ਵੀ ਲਾਇਆ ਸੀਗਾ ਉਹਨਾਂ ਨੂੰ ਅੱਛਾ ਤੇ ਉਸ ਟਾਈਮ ਏਐਸਪੀ ਹੁੰਦਾ ਸੀ ਉੱਥੇ ਹਮ ਇਹਨੇ ਖਬਰ ਲਾਈ ਸੀ ਕਿ ਹਾਂ ਸਾਡੇ ਉੱਥੋਂ ਹੋਇਆ ਜਦੋਂ ਇਹ ਖੰਨੇ ਗਏ ਖੰਨੇ ਜਾ ਕੇ ਇਹਨਾਂ ਨੇ ਪੁਸਪੜਤਾਲ ਕਰੀ ਕਿ ਜੀ ਤੁਹਾਡੇ ਰਾਤ ਇੱਥੇ ਮੁਕਾਬਲਾ ਹੋਇਆ ਮਰੀਰ ਕੋਟਲਾ ਪੁਲਿਸ ਨੂੰ ਤਾਂ ਤੋ ਇਜਾਜ਼ਤ ਲਈ ਸੀ ਨਕਾ ਲਾਉਣ ਦੀ ਉਹਨਾਂ ਨੇ ਹੂੰ ਤਾਂ ਉਹ ਕਹਿੰਦੇ ਸਾਤ ਕੋਈ ਇਜਾਜ਼ਤ ਲਈ ਉਹਨਾਂ ਨੇ ਵੀ ਬਿਨਾ ਜਾਤੋ ਨਕਾ ਲਾ ਨਹੀਂ ਸਕਦੇ ਸਰੋ ਕਿਸੇ ਤੋਂ ਅੱਛਾ ਯਾਰ ਦੂਸਰੀ ਜਗ੍ਹਾ ਤੇ ਜਾ ਕੇ ਪੁੱਛਦੇ ਨੇ ਉੱਥੇ ਨਹੀਂ ਸਰ ਖੰਨਾ ਪੁਲਸ ਨੂੰ ਖੰਨਾ ਪੁਲਸ ਐਸਐਸਪੀ ਕੋਲੇ ਗਏ ਹੈ ਹੂੰ ਵੀ ਤੁਹਾਡੇ ਇਲਾਕੇ ਵਿੱਚ ਰਾਤ ਦੇ ਵਾਰਦਾਤ ਹੋਈ ਹੈ ਜੀ ਖੰਨਾ ਜੋੜੀਪੁਰਾਂ ਤੇ ਤਾਤੋ ਇਜਾਜ਼ਤ ਲਈ ਸੀ ਮੀਰ ਕੋਟਲਾ ਨੇ ਵੀ ਅਸੀਂ ਨੱਕਾ ਲਾਉਣਾ ਤੁਹਾਡੇ ਉੱਥੇ ਉਹ ਕੋਈ ਸਤ ਕੋਈ ਇਜਾਜ਼ਤ ਨਹੀਂ ਲਈ ਜੀ ਉਹਨਾਂ ਨੇ ਫਿਰ ਕੁਦਰ ਦੇ ਉੱਥੇ ਨਾਲ ਦੇ ਪਿੰਡ 'ਚ ਆਰਮੀ ਦਾ ਕੈਂਪ ਸੀਗਾ ਇਹ ਉੱਥੇ ਆਰਮੀ ਵਾਲੇ ਕੋਲ ਚਲੇ ਗਏ ਉਹਨਾਂ ਦੇ ਅਫਸਰ ਮੀਰ ਉਹਨੂੰ ਪੁੱਛਿਆ ਵੀ ਰਾਤ ਇੱਥੇ ਮੁਕਾਬਲਾ ਹੋਇਆ ਉਹ ਕਹਿੰਦੇ ਜੀ ਕੋਈ ਗੋਲੀ ਨਹੀਂ ਚੱਲੀ ਸਾਨੂੰ ਤਾਂ ਤਿੰਨ ਦਿਨੋਂ ਕੋਈ ਇਹ ਤਿੰਨ ਤੋਂ ਇੱਥੇ ਬੈਠੇ ਹੋਏ ਹਾਂ ਸੀ ਤਾਂ ਫਿਰ ਕਰਦੇ ਕਰਾਉਂਦੇ ਸਾਰੇ ਇਹ ਚਲੇ ਗਏ ਜਿੱਥੋਂ ਇਹਨਾਂ ਨੇ ਉਹਦੀਆਂ ਅੰਦਰ ਸੰਸਕਾਰ ਕਰੇ ਪੁਲਿਸ ਨੇ ਲਵਾਰਸ ਕਹਿ ਕੇ ਉਹਨਾਂ ਦੇ ਮੈਂ ਰੇਡ ਕੋਟਲਾ ਦੇ ਵਿੱਚ ਇੱਕ ਸੌਂਟੀ ਜਗ੍ਹਾ ਪੈਂਦੀ ਹੈ ਜਮਾਲਪੁਰ ਠੀਕ ਹੈ ਉੱਥੇ ਹੀ ਮਰ ਜਮਾਲਪੁਰ ਦੀਆਂ ਮੜੀਆਂ ਵਿੱਚ ਉਹਨਾਂ ਦਾ ਸੰਸਕਾਰ ਕਰਤਾ ਮੁੰਡਿਆਂ ਦਾ ਹਮ ਇਹਨਾਂ ਨੇ ਜਾ ਕੇ ਜਿਸ ਬੰਦੇ ਨੇ ਉੱਥੇ ਸੰਸਕਾਰ ਕਰਨ ਦੀ ਡਿਊਟੀ ਲੱਗੀ ਹੋਈ ਸੀਗੀ ਸੰਸਕਾਰ ਸ਼ਮਸ਼ਾਨ ਘਾਟ ਦੇ ਵਿੱਚ ਉਸ ਬੰਦੇ ਤੋਂ ਫੋਟੋਆਂ ਦੀ ਸਨਖਤ ਕਰਵਾ ਲਈ ਕਿ ਕਿਹੜੇ ਬੰਦੇ ਸੀ ਜਿਹੜੇ ਸੰਸਕਾਰ ਕਰਿਆ ਹਮ ਉਸ ਬੰਦੇ ਨੇ ਫੋਟੋਆਂ ਪਹਿਚਾਨ ਲਈਆਂ ਕਿ ਇਹ ਬੰਦੇ ਨੇ ਲਾਸਾਂ ਸੀ ਉਹ ਮੈਂ ਇਹਨਾਂ ਬੰਦਿਆਂ ਦਾ ਸੰਸਕਾਰ ਕਰਿਆ ਜਦੋਂ ਗੱਲਬਾਤ ਹੋਈ ਤਾਂ ਉਹ ਬੰਦੇ 4-5 ਦਿਨ ਪਹਿਲਾਂ ਮਰੇੜ ਕੋਟਲਾ ਪੁਲਿਸ ਨੇ ਫੜੇ ਹੋਏ ਸੀਗੇ ਜੀ ਦੀਆਂ ਕਿ ਭਾਈ ਸਾਹਿਬ ਨੇ ਪਹਿਲਾਂ ਪੇਪਰ 'ਚ ਖਬਰਾਂ ਵੀ ਲਗਾਈਆਂ ਸੀਗੀਆਂ ਹਮ ਕੇ ਜੀ ਇਹ ਉਹ ਆਪਣੇ ਬੱਬਰ ਖਾਲਸਾ ਤੋਂ ਨਾਲ ਰਿਲੇਟਡ ਬੰਦੇ ਸੀਗੇ ਉਹ ਹਮ ਇੱਕ ਸਾਡੇ ਪਿੰਡ ਤਾਂ ਆਂਦਰਾ ਪਿੰਡ ਪੈਂਦਾ ਧੋਰੀ ਕੋਲੇ ਉੱਥੇ ਦਾ ਸੀ ਬੰਦਾ ਇੱਕ ਠੀਕ ਹੈ ਇੱਕੋ ਦੇ ਨਾਲ ਹੋਰ ਸੀ ਬੰਦੇ ਵੀ ਇਹ ਬੰਦੇ ਪੁਲਿਸ ਨੇ ਫੜ ਲਏ ਜੀ ਹਮ ਵੀ ਉਹਨਾਂ ਨੇ ਮੰਗ ਕਰੀ ਸੀ ਕਿ ਇਹਨੂੰ ਅਦਾਲਤ ਵਿੱਚ ਪੇਸ਼ ਕਰੋ ਹਮ ਤੇ ਉਹਨਾਂ ਨੇ ਅਦਾਲਤ ਵਿੱਚ ਪੇਸ਼ ਨਹੀਂ ਕਰੀ ਇਹਨਾਂ ਨੇ ਹਾਈ ਕੋਰਟ ਨੂੰ ਵੀ ਤਾਰਾਂ ਪਾਈਆਂ ਉਸ ਟਾਈਮ ਤੋਂ ਟੈਲੀਗ੍ਰਾਮ ਬਹੁਤ ਵੱਡਾ ਸਾਡੇ ਕੋਲ ਇੱਕ ਰਾਈਟ ਹੋਂਦਾ ਸੀਗਾ ਹਮ ਇਹਨਾਂ ਨੇ ਚੀਫ ਮਿਨਿਸਟਰ ਨੂੰ ਵੀ ਕਰੀਆਂ ਸਾਰੀਆਂ ਟੈਲੀਗ੍ਰਾਮ ਕਰੀਆਂ ਕਿ ਇਹ ਬੰਦਿਆਂ ਨੂੰ ਜੇ ਉਹ ਅਦਾਲਤ ਵਿੱਚ ਪੇਸ਼ ਨਹੀਂ ਕਰ ਰਹੇ ਸਾਨੂੰ ਖਾਸਾ ਕਿ ਮਾਰ ਦੋਗੇ ਉਹ ਕੁਦਰਤੀ ਉਹੀ ਗੱਲ ਹੋਈ ਉਹਨਾਂ ਨੇ ਉਹਨਾਂ ਦੀ ਮੁਕਾਬਲਾ ਦਿਖਾਤਾ ਜਿਸ ਟਾਈਮ ਸਾਰੇ ਨਾਲ ਕੋਲ ਏਵਿਡੈਂਸ ਇਕੱਠੇ ਹੋ ਗਏ ਆਰ.ਐਮ.ਆਰ ਨੇ ਕਹਿਤਾ ਕਿ ਇੱਥੇ ਕੋਈ ਮੁਕਾਬਲਾ ਨਹੀਂ ਹੋਇਆ ਉਹ ਮੜੀਆਂ ਵਾਲੇ ਨੇ ਕਹਿਤਾ ਕਿ ਇਹੀ ਬੰਦੇ ਸੀ ਤਾਂ ਮੈਂ ਸੰਸਕਾਰ ਕਰਿਆ ਉਸ ਤੋਂ ਬਾਅਦ ਇਹਨਾਂ ਨੇ ਖਬਰ ਲਾਈ ਉਸ ਟਾਈਮ ਜੀਤ ਦੇ ਵਿੱਚ ਉਹਦਾ ਸਾਈਡਿੰਗ ਸੀਗਾ ਕਿਥੇਤ ਮੁਕਾਬਲਿਆਂ ਦੀ ਅਸਲੀਅਤ ਨੂੰ ਪਰਦਾ ਕੌਣ ਹਟਾਵੇ ਹੂੰ ਕਿ ਜਿਵੇਂ ਆਪਾਂ ਦੇ ਨਾਲ ਮੀਡੀਆ ਹੈਗਾ ਇਸ ਤਰ੍ਹਾਂ ਬਹੁਤ ਜ਼ਿਆਦਾ ਉਸ ਟਾਈਮ ਮੀਡੀਆ ਤਾਂ ਨਹੀਂ ਸੀਗਾ ਜੀ ਪਰ ਉਹ ਪੇਪਰ ਦੇ ਵਿੱਚ ਬਹੁਤ ਜ਼ਿਆਦਾ ਪਪੂਲਰ ਹੋਈ ਖਬਰ ਉਹ ਹੂੰ ਉਸ ਤੋਂ ਬਾਅਦ ਇਹਨਾਂ ਨੇ ਉਸ ਚੀਜ਼ ਦੇ ਉੱਪਰ ਜਾ ਕੇ ਹਾਈ ਕੋਰਟ ਦੇ ਉੱਪਰ ਏਐਸਪੀ ਮਿਰੀਡ ਕੋਰਟਲਾ ਸਹੂਤਾ ਦੇ ਉੱਪਰ ਕੇਸ ਕਰਤਾ ਠੀਕ ਹੈ ਕਿ ਜੇ ਤੂੰ ਇਹ ਮੁੰਡੇ 4 ਦਿਨ ਪਹਿਲਾਂ ਫੜੇ ਸੀਗੇ ਫੜ ਕੇ ਤੂੰ ਇਹ ਮੁੰਡੇ ਮਾਰੇ ਨੇਗੇ ਤੂੰ ਇਹਨੂੰ ਅਦਾਲਤ ਵਿੱਚ ਪੇਸ਼ ਨਹੀਂ ਕਰਿਆ ਤੂੰ ਝੂਠਾ ਮੁਕਾਬਲਾ ਬਣਾਇਆ ਇਹਨਾਂ ਦਾ ਹੂੰ ਉਹ ਇਹਨਾਂ ਖਾਰਖਾਨਾ ਲੱਗ ਗਿਆ ਸਰ ਹੂੰ ਤੇ ਫਿਰ ਉਸ ਤੋਂ ਬਾਅਦ ਸਮਝ ਜੇ ਜਨਵਰੀ 3 ਜਨਵਰੀ ਨੂੰ ਜਾ ਰਹੇ ਸੀਗੇ ਜਲੰਧਰ ਹੂੰ ਮਰੀੜ ਕੋਟਲਾ ਤੋਂ ਬਾਅਦ ਚੜੇ ਹੈ ਮਰੀੜ ਕੋਟਲਾ ਤੋਂ ਅੱਗੇ 2-3 ਕਿਲੋਮੀਟਰ ਅੱਗੇ ਪਿੰਡ ਪੈਂਦਾ ਭੋਗੀਵਾਲ ਹੂੰ ਉੱਥੇ ਜਾ ਕੇ ਸਾਰੇ ਇਹਨਾਂ ਨੂੰ ਬੱਸ ਵਿੱਚੋਂ ਉਤਾਰ ਲਿਆ ਉਹਨਾਂ ਨੇ ਲੈ ਕੋਟਲਾ ਪੁਲਿਸ ਨੇ ਮਰੀੜ ਕੋਟਲਾ ਪੁਲਿਸ ਨੇ ਹੂੰ ਉੱਥੋਂ ਉਤਾਰ ਕੇ ਨਾਲ ਹੀ ਇੱਕ ਲੋਹਟਵਦੀ ਚੌਂਕੀ ਆ ਹੂੰ ਉੱਥੇ ਲੈ ਗਏ ਇਹਨਾਂ ਨੂੰ ਉੱਥੇ ਲੈ ਕੇ ਹੁਣ ਚਲੋ ਹੁਣ ਜਿਵੇਂ ਪਹਿਲੀ ਗੱਲ ਕਰੀ ਆ ਕਿ ਬਹੁਤ ਤਵਾਤ ਬਹੁਤ ਤੇਜ਼ ਸੀਗਾ ਸਭ ਕੁਝ ਸੀਗਾ ਉੱਥੇ ਵੀ ਇਹਨਾਂ ਨੇ ਕਿਸੇ ਬੰਦੇ ਨੂੰ ਆਪਣਾ ਕਾਰਡ ਫੜਾਤਾ ਕਿ ਮੇਰੇ ਘਰ ਪਹੁੰਚ ਪਤਾ ਕਰ ਦੇ ਨਾ ਬੰਦਾ ਕੋਈ ਹੋਰ ਆਇਆ ਉਹਨਾਂ ਥਾਣੇ ਵਿੱਚ ਉੱਥੇ ਕੋਈ ਹੂੰ ਕਿਹ ਦਾ ਪਤਾ ਕਰਨ ਪੁਲਿਸ ਤੋਂ ਬਚਾ ਕੇ ਉਹਨੂੰ ਕਾਰਡ ਫੜਾਤਾ ਆਪਣਾ ਕਿ ਮੇਰੇ ਘਰ ਪਤਾ ਕਰ ਦੇ ਚਲੋ ਸਾਨੂੰ ਉਹ ਬੰਦਾ ਸਾਹਮਣੂ ਘਰ ਦੱਸ ਕੇ ਆ ਕੇ ਠੀਕ ਵੀ ਤੁਹਾਡਾ ਮੁੰਡਾ ਉੱਥੇ ਆ ਜੀ ਹੂੰ ਉਸ ਤੋਂ ਬਾਅਦ ਅਸੀਂ ਤਿੰਨ ਦਿਨ ਉਸ ਪੁਲਿਸ ਚੌਂਕੀ ਵਿੱਚ ਭਾਈ ਸਾਹਿਬ ਨੂੰ ਦੇਖਦੇ ਰਹੇ ਸੀ ਉਹ ਪੁਲਿਸ ਚੌਂਕੀ ਵਿੱਚ ਹੀ ਉੱਥੇ ਸੀਗਾ ਹੂੰ ਲੋਹਟਵਦੀ ਦੇ ਵਿੱਚ ਪਰ ਸਾਨੂੰ ਉਹਨਾਂ ਨੇ ਗੱਲ ਨਹੀਂ ਕਰਨ ਦਿੱਤੀ ਮੁਲਾਕਾਤ ਨਹੀਂ ਕਰਾਉਂਦਾ ਮੁਲਾਕਾਤ ਨਹੀਂ ਕਰਾਉਂਦਾ ਸਾਨੂੰ ਕਿਹਾ ਕਰਨ ਜੀ ਐਸਐਸਪੀ ਸਾਹਿਬ ਨੂੰ ਮਿਲੋ ਤੁਸੀਂ ਹੂੰ ਉਸ ਟਾਈਮ ਨਿੰਦਰਪਾਲ ਹੁੰਦਾ ਸੀ ਐਸਐਸਪੀ ਉੱਥੇ ਹੂੰ ਅਸੀਂ ਉਹਨਾਂ ਕੋਲ ਜਾਇਆ ਕਰੀਏ ਉਹ ਸਾਨੂੰ ਮਿਲਿਆ ਹੀ ਨਾ ਕਰੇ ਜੀ ਅੱਜ ਆਇਓ ਸਵੇਰੇ ਆਇਓ ਦੁਪਹਿਰ ਆਇਓ ਹੂੰ ਫਿਰ ਤੰਨਵਾਦ ਸਾਨੂੰ ਪਤਾ ਲੱਗਿਆ ਤਿੰਨ ਦਿਨ ਬਾਅਦ ਕਿ ਉਹਨਾਂ ਨੂੰ ਉਹਨਾਂ ਨੇ ਸਹੀਦ ਕਰਤਾ ਸਰ ਉਹਨਾਂ ਨੇ ਇਹ ਖਬਰ ਕਿਵੇਂ ਮਿਲਦੀ ਹੈ ਪ੍ਰਵਾਹ ਨੂੰ ਸਰ ਖਬਰ ਉਹ ਦੇਖੋ ਵਿੱਚੋ ਕੁਝ ਥੋੜੇ ਜਾਗਰੂਕ ਜ਼ਮੀਰ ਵਾਲੇ ਵੀ ਹੁੰਦੇ ਹੂੰ ਜਿਵੇਂ ਹੁਣ ਭਾਈ ਕੌਂਕੀ ਦੀ ਆਪਾਂ ਗੱਲ ਕਰੀ ਹੈ ਨਾ ਉਹ ਚੋ ਜੀਨੋ ਖਬਰਾਂ ਨਿਕਲ ਕੇ ਆਈਆਂ ਸਭ ਚ ਤਾਂ ਕੋਈ ਦੱਸ ਨਹੀਂ ਰਿਹਾ ਉਹ ਚੀਜ਼ਾਂ ਨੂੰ ਹਨਾ ਅੰਦਰਲੇ ਬੰਦੇ ਹੀ ਕੁਝ ਜਿਹੜੇ ਕੋਈ ਜ਼ਮੀਰ ਜਾਗਦੀ ਹੈ ਥੋੜੀ ਬਹੁਤੀ ਪੁਲਿਸ ਸਟੇਸ਼ਨ 'ਚ ਤੁਹਾਨੂੰ ਕਿਸੇ ਨੇ ਦੱਸਿਆ ਹਾਂ ਉਹਨਾਂ ਨੂੰ ਤੁਹਾਨੂੰ ਦੱਸਿਆ ਕਿਸੇ ਨੇ ਪਤਾ ਲੱਗਿਆ ਵੀ ਕਿਵੇਂ ਸ਼ਹੀਦ ਕਿਵੇਂ ਕੀਤਾ ਨਹੀਂ ਐਨੀ ਜਿਆ ਡਿਟੇਲਿੰਗ ਦੱਸੀ ਉਹਨਾਂ ਨੇ ਬੈਸ ਉਹਨਾਂ ਨੂੰ ਦੱਸਤਾ ਕਿ ਵੀ ਕੋਈ ਫਾਇਦਾ ਨਹੀਂ ਭੱਜਣ ਛੱਡਦਾ ਉਹ ਤਾਂ ਡਾਂ ਤੇ ਫਿਰ ਉਸ ਤੋਂ ਬਾਅਦ ਅਸੀਂ ਜਦੋਂ ਪਹਿਲਾਂ ਸਾਨੂੰ ਅੰਦਰ ਨਹੀਂ ਬੰਦ ਦਿੰਦੇ ਸੀ ਉਹ ਕਿਸੇ ਕਮਰੇ ਵਿੱਚ ਕਹਿੰਦੇ ਸੀ ਵੀ ਸਾਨੂੰ ਐਕਚੁਅਲੀ ਕੀ ਆ ਉੱਥੇ ਉਹ ਕਮਰੇ ਸੀ ਇਸ ਤਰ੍ਹਾਂ ਜਿਸ ਟਾਈਮ ਅਸੀਂ ਜਾਂਦੇ ਸਾਡੀ ਆਵਾਜ਼ ਸੁਣ ਕੇ ਨਾ ਖੜੇ ਹੋ ਜਾਂਦੇ ਸੀ ਉੱਪਰ ਰੋਸਨਦਾਨ ਚ ਹੂੰ ਸਾਨੂੰ ਆਪਣਾ ਚਿਹਰਾ ਦਿਖਾ ਜਾਂਦੇ ਸੀ ਕਿਵੇਂ ਉਰੀ ਹੈਗਾ ਹੂੰ ਉਹ ਅਸੀਂ ਕਹਿੰਦੇ ਸੀ ਵੀ ਆ ਕਮਰਾ ਖੋਲੋ ਕਮਰਾ ਖੋਲ ਦੇ ਦੀ ਸੀ ਉਹ ਫਿਰ ਜਿਸ ਟਾਈਮ ਇਹ ਗੱਲ ਹੋ ਗਈ ਫਿਰ ਉਸ ਤੋਂ ਅਸੀਂ ਗਏ ਇੱਕ ਦਿਨ ਉੱਥੇ ਸਾਨੂੰ ਉਹਨੇ ਕਮਰਾ ਖੋਲਤਾ ਉਹ ਵਾਲਾ ਉਤਰਦੀ ਹੂੰ ਜਦ ਅਸੀਂ ਕਮਰਾ ਸਰ ਉਹ ਦੇਖਿਆ ਉਹਨਾਂ ਨੇ ਪੂਰੀ ਦਵਾਰਾਂ ਪਰ ਆਪਣਾ ਨਾਮ ਲਿਖ ਰੱਖਿਆ ਸੀਗਾ ਅੱਛਾ ਨੌ ਦੇ ਨਾਲ ਆਰਾਮ ਸਿੰਘ ਬਲਿੰਗ ਆਰਾਮ ਸਿੰਘ ਬਲਿੰਗ ਉਹ ਉਹਨਾਂ ਨੂੰ ਪੇਟ ਕਰ ਰਹੇ ਸੀ ਉਹ ਅੱਛਾ ਉਹਨਦੇ ਇਨਸਾਨ ਮਟਾ ਰਹੇ ਸੀ ਉਹ ਹੂੰ ਫਿਰ ਜਦੋਂ ਅਸੀਂ ਕਿਹਾ ਆਹ ਵੇ ਕਦੇ ਨਹੀਂ ਤੁਹਾਨੂੰ ਬਾਹਰ ਕੱਢਦਾ ਉਸੇ ਟਾਈਮ ਹੂੰ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਇਸ ਚੀਜ਼ ਦਾ ਤੁਸੀਂ ਕੋਈ ਉਦੋਂ ਸਿਆਸੀ ਲੀਡਰਾਂ ਨੂੰ ਨਹੀਂ ਮਿਲੇ ਉਦੋਂ ਸਰਦਾਰ ਪ੍ਰਕਾਸ਼ ਸਿੰਘ ਵਿਆਦਲ ਜਾਂ ਲੋਂਗੋਵਾਲ ਸਾਹਿਬ ਜਾਂ ਹੋਰ ਬੜੇ ਲੀਡਰ ਸੀਗੇ ਉਦੋਂ ਉਹਨਾਂ ਨਾਲ ਤਾਂ ਪਹੁੰਚ ਨਹੀਂ ਉਸ ਟਾਈਮ ਸਾਰਾ ਐਕਚੁਅਲੀ ਦੇਖਿਆ ਜਾਵੇ ਦੇਖੋ ਬਾਕੀ ਤਾਂ ਆਪਾਂ ਕਿਸੇ ਦੀ ਗੱਲ ਨਹੀਂ ਕਰਦੇ ਹੈਨਾ ਬਾਕੀ ਤੁਹਾਨੂੰ ਸਭ ਪਤਾ ਕਿ ਸਾਰੇ ਹੂੰ ਗਦਾਰ ਹੀ ਐ ਸਰ ਇਸੇ ਹੀ ਗੱਲ ਕਹੋਗੇ ਹੈਨਾ ਕਿ ਜੇ ਉਹ ਸਾਡੇ ਚੱਜ ਦੇ ਹੁੰਦੇ ਸਾਡੇ ਲੀਡਰ ਤਾਂ ਸਾਡੇ ਤੇ ਨੋਬਤਾ ਆਣੀਆਂ ਹੀ ਨਹੀਂ ਸੀਗੀਆਂ। ਹੂੰ। ਕਰਵਾਣੇ ਵਾਲੇ ਤਾਂ ਉਹੀ ਸੀਗੇ ਵਿੱਚ। ਹੁਣ ਭਾਈ ਕੌਂਕੇ ਦਾ ਸਾਡੇ ਕੋਲ ਸਾਹਮਣੇ ਕੇਸ ਆਈ ਹੈ ਸਰ ਉਹ ਵੀ ਤਾਂ ਉਹਨਾਂ ਨੇ ਕਰਵਾਇਆ ਬਦਲ ਉਹਨਾਂ ਨੇ। ਹੂੰ। ਹੈਨਾ ਅੱਜ ਬਲਟੋਹਾ ਕਹਿ ਰਹੇ ਭਾਈ ਆਪਣੇ ਅੰਮ੍ਰਿਤਪਾਲ ਦੇ ਬਰਾਬਰ ਚੋਣ ਲੜ ਰਿਹਾ ਹੈਨਾ। ਜੀਨੇ ਭਾਈ ਕੌਂਕੇ ਜੀ ਨੂੰ ਸ਼ਹੀਦ ਕੀਤਾ ਉਹ ਤਾਂ ਫੁੱਫੜ ਸੀਗਾ ਉਹ। ਹੂੰ। ਕੋਹਟਨਾ ਜਿਹਨੂੰ ਕਹਿੰਦੇ ਸੀਗੇ। ਹੂੰ। ਹੈ ਤਾਂ ਸਾਰੇ ਸਰ ਵਿੱਚੇ ਸੀਗੇ ਇਹ। ਉਸ ਟਾਈਮ ਜਿਵੇਂ ਭਾਈ ਅੰਮ੍ਰਿਤਪਾਲ ਅੱਜ ਦੀ ਡੇਟ ਦੇ ਵਿੱਚ ਉਸ ਟਾਈਮ ਇੱਕੋ ਲੀਡਰ ਸੀਗਾ ਸਰ। ਸ਼ੇਰ ਸਿੰਘ ਢੂਮ ਸੇੜੀ ਹੂੰ ਚਾਹ ਤੁਸੀਂ ਨਾਮ ਸੁਣਿਆ ਹੋਵੇ ਉਹਨਾਂ ਦਾ ਤੇ ਉਹ ਲੀਡਰ ਸੀਗਾ ਮੇਨ ਉਸ ਟਾਈਮ ਅਸੀਂ ਉਹਨਾਂ ਤੱਕ ਪਹੁੰਚ ਕਰੀ ਸਰ ਪਰ ਜਿਵੇਂ ਰੱਬ ਨੂੰ ਕੋ ਸਰ ਹੋਰ ਮਨਜ਼ੂਰ ਹੁੰਦਾ ਸਾਨੂੰ ਉਹਨਾਂ ਨੇ ਬੁਲਾਇਆ ਖੰਨੇ ਕਾ ਖੰਨੇ ਆਜੋ ਜੀ ਹੂੰ ਉੱਥੇ ਕਹਿੰਦਾ ਭੋਗ ਆਪਾਂ ਭੋਗ ਪੈ ਤੋਂ ਬਾਅਦ ਚੱਲਦੇ ਆਪਾਂ ਚਲੋ ਅਸੀਂ ਸਰ ਗਏ ਉੱਥੇ ਭੋਗ ਪਿਆ ਉਹਨਾਂ ਦਾ ਕਿਸੇ ਦੇ ਕਰ ਭੋਗ ਸੀ ਭੋਗ ਤੇ ਗਏ ਸੀ ਉਹ ਉੱਥੋਂ ਅਸੀਂ ਚੱਲੇ ਸਾਡੇ ਪਿੰਡ ਦੀ ਪੰਚਾਇਤ ਵੀ ਨਾਲ ਸੀਗੀ ਚਲੋ ਅਸੀਂ ਅੱਗੇ ਗੱਡੀ ਲਾ ਲਈ ਉਹ ਸਾਡੇ ਮਗਰ ਮਗਰ ਆ ਰਹੇ ਸੀਗੇ ਹੂੰ ਮਰੇੜ ਕੋਟਲੇ ਤੋਂ ਪੇਸਾ ਆ ਕੇ ਕੁਦਰਤੀ ਸੀ ਗੱਡੀ ਰੋਕ ਕੇ ਵੀ ਚਲੋ ਬਾਥਰੂਮ ਵਗੈਰਾ ਜਾਣ ਲੱਗੇ ਸਾਰੇ ਉਹ ਸਿਸਟਮ ਹੋਣ ਲੱਗੇ ਕੁਦਰਤੀ ਸਾਡੀ ਗੱਡੀ ਅੱਗੇ ਨਿਕਲ ਗਈ ਹੂੰ ਨਹੀਂ ਸੌਰੀ ਉਹਨਾਂ ਦੀ ਗੱਡੀ ਅੱਗੇ ਲਾ ਲਈ ਉਹਨਾਂ ਨੇ ਸਾਡੀ ਗੱਡੀ ਪੇਸਾ ਰਹਿ ਗਈ ਮਰੂਤੀ ਗੱਡੀ ਸੀ ਸਾਡੇ ਕੋਲ ਉਸ ਟੇ ਜੀ ਅੱਗੇ ਸਰ ਇੱਕ ਟਰੱਕ ਖੜਾ ਸੀਗਾ ਹੂੰ ਉਹਦੇ ਉੱਪਰ ਬੌਂਡ ਟੱਕਿਆ ਹੋਇਆ ਉਹਨਾਂ ਨੇ ਜਿਵੇਂ ਖਰਾਬ ਹੋਇਆ ਖੜਾ ਉਹਨਾਂ ਦੇ ਉੱਪਰ ਤਰਪਾਲ ਪਈ ਹੋਈ ਸੀਗੀ ਹੂੰ ਉਹ ਦਿਨ ਡੂਮ ਸ਼ੇਡੀ ਦੀ ਇਹ ਗੱਲ ਸੀ ਉੱਥੇ ਸੌਂ ਖਾ ਕੇ ਗਿਆ ਸਰ ਉਹ ਪਤਾ ਨਹੀਂ ਜਿਵੇਂ ਕਿਸੇ ਨੂੰ ਪਤਾ ਹੀ ਹੁੰਦਾ ਉਹ ਕਹਿੰਦਾ ਵੀ ਜਾ ਤਾਂ ਮੈਂ ਚ ਮਰ ਕੇ ਆਉਂਗਾ ਵਾਪਸ ਨਹੀਂ ਆਣਾ ਜੇ ਆਇਆ ਤਾਂ ਆਰਮ ਸਿੰਘ ਨੂੰ ਨਾਲ ਲੈ ਕੇ ਆਉਂਗਾ ਅੱਛਾ ਉਹਦੋਂ ਐਡੀ ਗੱਲ ਕਰਕੇ ਗਿਆ ਹੋ ਉੱਥੇ ਸਰ ਜਾ ਕੇ ਜਿਸ ਟਾਈਮ ਉਹਦੀ ਗੱਡੀ ਡੋਂਸੇੜੀ ਸਾਹਿਬ ਦੀ ਟਰੱਕ ਦੇ ਬਰਾਬਰ ਪਹੁੰਚੀ ਹਾਂ ਤਾਂ ਇੰਨੇ ਕੁ ਬ੍ਰੇਸ਼ਟ ਮਾਰੇ ਕਿ ਉਹਨੇ ਗੱਡੀ ਉਹ ਖਤਮ ਕਰਤੀ ਸਰ ਉਹਨੂੰ ਸਾਡੇ ਅੱਖੀਂ ਦੇਖਦੇ ਦੇਖਦੇ ਉਹਨਾਂ ਨੂੰ ਡੋਂਸੇੜੀ ਸਰ ਸੀ ਸਿੰਘ ਡੋਂਸੇੜੀ ਸਾਡੇ ਸਾਹਮਣੇ ਕਤਲ ਹੋਇਆ ਸਰ ਉਹਨਾਂ ਦਾ ਅੱਛਾ ਜਦੋਂ ਭਾਈ ਸਾਹਿਬ ਦੀ ਖਬਰ ਮਿਲਦੀ ਆ ਪਰਿਵਾਰ ਨੂੰ ਜਾਂ ਅੱਜ ਜਦੋਂ ਦਿਨ ਆਉਂਦੇ ਨੇ ਜਦੋਂ 84 ਮਹੀਨਾ ਆਉਂਦਾਗਾ ਉਦੋਂ ਮਨ ਭਾਵਕ ਹੁੰਦਾ ਮੈਂ ਦੇਖ ਰਿਹਾ ਹੁਣ ਵੀ ਤੁਹਾਨੂੰ ਸਰ ਬਹੁਤ ਜ਼ਿਆਦਾ ਐਕਚੁਅਲੀ ਮੇਰੇ ਕੋਲ ਨਾ ਉਹ 4-5 ਦਿਨ ਪਹਿਲਾਂ ਆਏ ਸੀ ਮੇਰੇ ਕੋਲੇ ਸਰ ਹੂੰ ਮੈਨੂੰ ਐਕਚੁਅਲੀ ਉਹ 90 ਵਿੱਚ ਨਾ ਨੌਕਰੀ ਲਵਾ ਕੇ ਸੀ ਮਹਾਰਾਜਾ ਚੰਡੀਗੜ੍ਹ ਹੂੰ ਮੈਨੂੰ ਕਹੇ ਸੀ ਕਿ ਤੋ ਕਿ ਕੋਈ ਪਰਿਵਾਰ ਸਾਂਭਣ ਵਾਲਾ ਚਾਹੀਦਾ ਉਹਨੂੰ ਪਤਾ ਸੀ ਇਸ ਚੀਜ਼ ਦਾ ਮੇਰੇ ਕੋਲੇ ਆਏ ਉਹ ਗੱਲਾਂ ਕਰਨ ਲੱਗੇ ਸਰ ਉਹੀ ਗੱਲਾਂ ਕਰਦੇ ਕਰਦੇ ਹੂੰ ਗੱਲਾਂ ਕਰਦੇ ਮੈਨੂੰ ਕਹਿੰਦੇ ਵੀ ਇੱਕ ਗੱਲ ਆ ਵੀ ਹੁਣ ਪਤਾ ਨਹੀਂ ਆਪਣੀ ਆਖਰੀ ਮੁਲਾਕਾਤ ਹੀ ਹੋਵੇ। ਹੂੰ। ਚਲੋ ਮੈਂ ਹੱਸਣ ਲੱਗਿਆ ਵੀ ਤੂੰ ਇੱਥੇ ਮੇਰੇ ਕੋਲ ਰਹਿ ਪਾ ਚੰਡੀਗੜ੍ਹ। ਹੂੰ। ਵੀ ਜਦ ਤੂੰ ਹੋ ਗਿਆ ਫਿਰ ਉਹਦੇ ਮਨ ਚ ਇੱਕੋ ਗੱਲ ਸੀਗਾ ਜੇ ਮੈਂ ਭੱਜਣਾ ਹੀ ਹੋਵੇ ਮੈਂ ਬਾਹਰ ਭੱਜ ਜਾ। ਹੂੰ। ਬਹੁਤ ਰਸਤੇ ਨੇ ਮੇਰੇ ਕੋਲ ਜਾਣਦੇ ਹਨ। ਮੇਰੇ ਕੋਲ 35 ਦੇਸ਼ਾਂ ਦਾ ਵੀਜ਼ਾ ਪਿਆ ਹੋਇਆ ਮੈਂ ਕਿਤੇ ਵੀ ਜਾ ਸਕਦਾ ਜੇ ਭੱਜਣਾ ਹੀ ਹੋਵੇ ਭੱਜਣਾ ਤਾਂ ਹੈ ਹੀ ਨਹੀਂ ਕਿਤੇ। ਹੂੰ। ਮੈਨੂੰ ਪਹਿਲਾਂ ਤੋਂ ਪਤਾ ਸੀ ਜੇ ਇਸ ਰਸਤੇ ਚੱਲਿਆ ਤਾਂ ਮੌਤ ਆਣੀ ਆ। ਹੂੰ। ਮੈਨੂੰ ਇਹਨਾਂ ਨੇ ਮਾਰ ਦੇਣਾ ਪੁਲਿਸ ਨੇ ਕਹਿੰਦਾ ਕੋਈ ਗੱਲ ਨਹੀਂ ਫਿਰ ਕੀ ਹੋ ਬਿਪਰਨ ਨੂੰ ਇਹ ਗੱਲ ਸਾਰੀ ਪਤਾ ਸੀ ਪਹਿਲਾਂ ਪਰ ਉਹ ਕਹਿੰਦੇ ਸੀ ਪਿੱਠ ਦਿਖਾ ਕੇ ਨਹੀਂ ਭਜਣਾ ਪਰੰਥ ਨੂੰ ਜੇ ਰਾਸਤੇ ਚੱਲੇ ਆ ਤਾਂ ਕੁਰਬਾਨੀ ਤੋਂ ਦੇਣੀ ਪੈਣੀ ਐ ਇਸ ਚੀਜ਼ ਦੀ ਹਮ ਮੁੱਲ ਮੋਤੋਰਨਾ ਪੈਣਾਗਾ ਪਰ ਸਾਨੂੰ ਇਹ ਗੱਲ ਕਹਿ ਗਿਆ ਸੀ ਕਿ ਕਿਤੇ ਸਾਡੀਆਂ ਕੁਰਬਾਨੀਆਂ ਦਾ ਮੁੱਲ ਨਾ ਪਾ ਜੋਗੇ ਤੁਸੀਂ ਇਹ ਜਿਵੇਂ ਸੁਰਤੋਂ ਸੀ ਉਹਨਾਂ ਨੂੰ ਵੀ ਦੇਖਦੇ ਸੀਗੇ ਹਮ ਵੀ ਜਿਵੇਂ ਇੱਕ ਵਾਰ ਜਦੋਂ 84 ਚੋਂ ਆਏ ਨੇ ਸਰ ਵਾਪਸ ਹੋ ਉਸ ਟਾਈਮ ਬਾਦਲ ਦੀ ਸਰਕਾਰ ਆਈ ਫਿਰ ਆਪਣੀ ਹਮ ਇਹਨਾਂ ਨੇ ਕੀ ਕਰਿਆ ਜਿਹੜੇ ਲੋਕ ਉਸ ਟਾਈਮ ਜੇਲ ਕੱਟ ਕੇ ਆਏ ਸੀ ਉੱਥੇ ਉਹਨਾਂ ਵਾਸਤੇ ਮਿਨੀ ਪਸਾਂ ਦੇ ਪਰਮਨੈਂਟ ਅਲਾਅ ਕਰੇ ਸੀ ਇਹਨਾਂ ਨੇ ਹਮ ਚਲੋ ਇਹ ਵੀ ਚਲੇ ਗਿਆ ਉੱਥੇ ਫੈਲ ਲੈ ਕੇ ਹੂੰ ਇਹ ਕਹਿੰਦਾ ਜਿਸ ਟਾਈਮ ਆ ਮੈਂ ਉੱਥੇ ਗਿਆ ਫੈਲ ਅੰਦਰ ਫੜਾਉਣ ਲੱਗੇ ਅੰਦਰ ਕੋਈ ਸਿੰਘ ਬੈਠਾ ਸੀ ਜਾਗਦੀ ਜਮੀਰ ਵਾਲਾ ਕੋਈ ਹੂੰ ਉਹਨਾਂ ਨੇ ਇਹਨਾਂ ਦਾ ਚਿਹਰਾ ਮੋਹਰਾ ਦੇਖਿਆ ਹੂੰ ਪਰ ਪ੍ਰਭਾਵ ਹੁੰਦਾ ਸਰ ਉਹਨਾਂ ਚੀਜ਼ਾਂ ਦਾ ਤੇ ਇਹਨੂੰ ਗੱਲ ਕਹਤੀ ਇਹ ਕਹਿੰਦਾ ਸਿੰਘ ਜੀ ਕੁਰਬਾਨੀ ਵੇਚਣ ਆ ਗਏ ਹੂੰ ਉਹ ਕਹਿੰਦਾ ਮੈਂ ਫੈਲ ਫਾਪ ਫਾੜ ਕੇ ਵਾਪਸ ਮੁੜਿਆ ਕਿ ਜੇ ਇਹ ਕੁਰਬਾਨੀ ਵੇਚਣ ਵਾਲੀ ਗੱਲ ਆ ਫਿਰ ਮੈਨੂੰ ਨਹੀਂ ਮਸਲ ਪਰਮੈਂਟ ਚਾਹੀਦਾ ਗਰੀਬੀ ਜੋ ਹੈ ਘਰ ਤੇ ਠੀਕ ਹੈਗੀ ਹੂੰ ਅਸੀਂ ਗਰੀਬੀ ਕੱਟ ਲੋਗੇ ਪਰ ਉਹ ਗੱਲਾਂ ਵੀ ਉਹਨਾਂ ਨੇ ਯਾਨੀ ਸਾਨੂੰ ਵੀ ਇਹੀ ਗੱਲ ਕਹਿ ਕੇ ਸੀ ਸਾਡੀ ਕੁਰਬਾਨੀਆਂ ਦਾ ਮੁੱਲ ਨਾ ਪਾ ਜੋ ਕਿਤੇ ਵੀ ਜੋ ਅਸੀਂ ਕਰੀਏ ਕਿਸੇ ਲਾਲ ਤਿਰੂ ਨੂੰ ਕੁਰਬਾਨੀ ਨਹੀਂ ਕਰੀਏ ਅਸੀਂ ਅੱਜ ਫਿਰ ਪਰਿਵਾਰ ਨੂੰ ਕਿੰਨੀ ਕਮੀ ਮਹਿਸੂਸ ਹੁੰਦੀ ਆ ਐ ਤਾਂ ਨਹੀਂ ਲੱਗਦਾ ਵੀ ਯਾਰ ਜੇ ਉਹ ਰਾ ਨਾ ਜਾਂਦੇ ਤਾਂ ਸ਼ਾਇਦ ਉਹ ਵੀ ਅੱਜ ਤੁਹਾਡੇ ਨਾਲ ਹੁੰਦੇ ਸਰ ਦੇਖੋ ਅਗਰ ਗੱਲ ਕਰੀਏ ਉਸ ਚੀਜ਼ ਦੀ ਅਸੀਂ ਤਾਂ ਚਲੋ ਥੋੜਾ ਆਪਣੇ ਤੇ ਲਾਈਏ ਕਿ じゃ ਸੋਚੋ ਕਿ ਉਮਰ ਉਸ ਤਰ੍ਹਾਂ ਦੀ ਸੀਗੀ ਉਹਨਾਂ ਨੂੰ ਸਮਝ ਨਹੀਂ ਸੀਗੀ ਹੂੰ ਜੋ ਸਾਡੇ ਪਿਤਾ ਜੀ ਸਰ ਉਹਨਾਂ ਬਾਣੀ ਬਹੁਤ ਪੜਦੇ ਸੀਗੇ ਉਹ ਹੂੰ ਉਹਨਾਂ ਦਾ ਬਹੁਤ ਪ੍ਰਭਾਵ ਸੀਗਾ ਬਾਣੀ ਦਾ ਸਾਰੀ ਉਮਰ ਨਿਸਕਾਮ ਸੇਵਾ ਕਰੀ ਉਹਨਾਂ ਨੇ ਹੂੰ ਉਹਨਾਂ ਦੇ ਗੱਲ ਦਾਖਦਾ ਕਿ ਜਨਵਰੀ ਵਿੱਚ ਭਾਈ ਸਾਹਿਬ ਦੀ ਗੱਲ ਹੁੰਦੀ ਹੈ ਹਾਂ ਅਪ੍ਰੈਲ ਦੇ ਵਿੱਚ ਸਾਡੇ ਦਾਦਾ ਜੀ ਦੀ ਗੱਲ ਕਰਦਾ ਸੀ ਭਾਈ ਦਿਵਾਨ ਸਿੰਘ ਜੀ ਦੀ ਸਾਡੇ ਦੀ ਇਸ ਵਾਰ ਇਸ ਉਹਨਾਂ ਦੀ 60ਵੀਂ ਵਰਸੀ ਮਨਾਈ ਹੈ ਉਹਨਾਂ ਦੀ ਠੀਕ ਹੈ ਉਹਨਾਂ ਦੀ ਵਰਸੀ ਆਉਂਦੀ ਹੈ ਅਪ੍ਰੈਲ ਦੇ ਵਿੱਚ ਹੂੰ 2-3 ਮਹੀਨੇ ਦਾ ਫਰਕ ਸੀਗਾ ਚਲੋ ਮੈਂ ਕਿਤੇ ਭਾਵ ਕੋ ਕੇ ਬਾਪੂ ਜੀ ਨੂੰ ਗੱਲ ਕਹਦੀ ਬਾਪੂ ਜੀ ਇਸ ਵਾਰ ਆਪਾਂ ਨਾ ਸਪੀਕਰ ਵਗੈਰਾ ਨਹੀਂ ਲਾਉਂਗੇ ਹੂੰ ਵੀ ਜਦੋਂ ਮਨ ਨਹੀਂ ਇਜਾਜ਼ਤ ਦੇ ਰਿਹਾ ਹਨਾ ਵੀ ਅੰਦਰ ਡਰ ਆਗਾ ਸਾਨੂੰ ਦੁੱਖ ਆ ਇਸ ਚੀਜ਼ ਦਾ ਵੀ ਛੜ ਭਰਾ ਨਹੀਂ ਹੈਗਾ ਬਰਾਬਰ ਦਾ ਸਾਡੇ ਹੂੰ ਵੀ ਆਪਾਂ ਵੈਸੇ ਪਾਠ ਕਰਾ ਦਿੰਨੇ ਆ ਹੂੰ ਮੈਨੂੰ ਸਭ ਕਹਿੰਦੇ ਤੇਰਾ ਕੀ ਆ ਗਿਆ ਹੂੰ ਪਿਤਾ ਜੀ ਦੀ ਬਾਤ ਅੰਗੀ ਸਰ ਇਹ ਕਹਿੰਦੇ ਮੇਰਾ ਪੁੱਤ ਗਿਆ ਫਿਰ ਕੀ ਹੋ ਗਿਆ ਹੂੰ ਕਲਗੇ ਵਾਲਾ ਤਾਂ ਚਾਰ ਪਾਰ ਗਿਆ ਮੈਂ ਤਾਂ ਇੱਕੋ ਵਾਰ ਆ ਫਿਰ ਕੀ ਹੋ ਗਿਆ ਵੀ ਉਹਨਾਂ ਦੀ ਐਡੀ ਵੱਡੀ ਸਭ ਨੂੰ ਹੌਸਲਾ ਦਿੰਦੇ ਸੀ ਪਿਤਾ ਜੀ ਤਾਂ ਕਿ ਕੁਝ ਨਹੀਂ ਹੁੰਦਾ ਇਹ ਤਾਂ ਜ਼ਿੰਦਗੀ ਹੈ ਚਲਦੀ ਹੈ ਹੂੰ ਵੀ ਅਸੀਂ ਮੁਖ ਤੋਂ ਨਹੀਂ ਲੁਕੋਇਆ ਗੁਰੂ ਤੋਂ ਬਿਲਕੁਲ ਗੁਰੂ ਨਾਲ ਤਾਂ ਖੜੇ ਹੋਏ ਸੀ ਹੂੰ ਜਿਹੜੇ ਉਹ ਚਿੱਤ ਸਰ ਪਰ ਦੁੱਖ ਹੀ ਲੱਗਦਾ ਕਿ ਅੱਜ ਵੀ ਅਸੀਂ ਇਹ ਕਹਿੰਦੇ ਜੋ ਉਹਨਾਂ ਦਾ ਹੱਕ ਬਣਦਾ ਸੀਗਾ ਹੂੰ ਜੋ ਅੱਜ ਦੇ ਆਪਾਂ ਗੱਲ ਕਰਦੇ ਆ ਸਰ ਕੋਈ ਬੰਦਾ 1983 ਵਿੱਚ ਅਮਰੀਕਾ ਵੀ ਸੈੱਟ ਹੋਵੇ ਸਰ ਹੂੰ ਹੈਨਾ ਅੱਜ ਦੀ ਰੇਟ 'ਚ ਤਾਂ ਕੋਈ ਸੋਚ ਵੀ ਨਹੀਂ ਸਕਦੀ ਆਪਾਂ ਉਹਨਾਂ ਬਾਰੇ ਕਿੱਥੇ ਤੱਕ ਉਹਨਾਂ ਦੀ ਇਹ ਗੱਲਾਂ ਹੋ ਸਕਦੀਆਂ ਹੈ ਹੈਨਾ ਪਰ ਮੈਂ ਦੇਖ ਰਿਹਾ ਹੁਣ ਵੀ ਸਾਡਾ ਵੀ ਮਨ ਪਾ ਰਿਹਾ ਉਹ ਗੱਲ ਕਰਦੇ ਆ ਵੀ ਹੂੰ ਅੱਜ ਉੱਥੇ ਸੈੱਟ ਹੋਣ ਤਾਂ ਉਹ ਬੰਦਾ ਕਿਉਂ ਸੋਚੂਗਾ ਨਤੀਜਿਆਂ ਬਾਰੇ ਪਰ ਉਹ ਉਸ ਟਾਈਮ ਸਾਹ ਕੋ ਸੱਟ ਕੇ ਆਗੇ ਅਮਰੀਕਾ ਨੂੰ ਠੋਕਰ ਮਾਰ ਕੇ ਆਗੇ ਸਾਰਾ ਪੜੀ ਫਿਰ ਉਹਨਾਂ ਦੇ ਬੱਚੇ ਦੀ ਸੋਟੇ ਜਿਵੇਂ ਆਪਾਂ ਹੁਣ ਗੱਲ ਕਰਦੇ ਆ ਹਨਾ ਅੱਜ ਹੀ ਹੁਣ ਭਾਈ ਸਰਬਜੀਤ ਸਿੰਘ ਬਾਰੇ ਗੱਲ ਹੋ ਰਹੀ ਸੀ ਬਿਆਨ ਸਿੰਘ ਨੇ ਕਿਹਾ ਸੀਗਾ ਹੂੰ ਕਿ ਕੋਈ ਨਹੀਂ ਮੇਰੇ ਬੱਚਿਆਂ ਨੂੰ ਕੌਮ ਸੰਭਲੇਗੀ ਹੂੰ ਪਰ ਕੌਮ ਤੇ ਸਰਮਾਨ ਤਾਂ ਹੁੰਦਾ ਪਰ ਸਾਡੀ ਕੌਮ ਏ ਸਾਰੀ ਇਸ ਤਰ੍ਹਾਂ ਦੀ ਹੋਈ ਪਈ ਹੈ ਹੁਣ ਕਿਸ ਨੂੰ ਕਿਆ ਕਹੀਏ ਹੂੰ ਵੀ ਅਸੀਂ ਆਪਣੇ ਕੌਮ ਤੇ ਇੱਕੋ ਹੀ ਹੈ ਸਰ ਸਾਡੇ ਤੇ ਸਾਡੇ ਲੀਡਰ ਆਗੇ ਸ਼ਿਕਵਾ ਹੈ ਮਨ ਦੇ ਪਰਿਵਾਰ ਦੇ ਅੰਦਰ ਕੋਈ ਸ਼ਿਕਵਾ ਹੈ ਵੀ ਅੱਡੀ ਕੁਰਬਾਨੀ ਸੀ ਕਿ ਅੱਜ ਜਿੰਦਾ ਸ਼ਹੀਦ ਦਾ ਦਰਜਾ ਉਹਨਾਂ ਦੇ ਕੋਲੇ ਪਰ ਜੋ ਫਰਜ਼ ਬੰਦਾ ਸੀ ਕੌਮ ਦਾ ਜਾਂ ਕੌਮ ਦੇ ਜਿਹੜੇ ਲੀਡਰ ਬਣੇ ਸੀਗੇ ਉਹਨਾਂ ਦਾ ਜੋ ਫਰਜ਼ ਬੰਦਾ ਸੀ ਵੀ ਉਹ ਨਹੀਂ ਕਿਤੇ ਨਾ ਕਿਤੇ ਨਿਭਾ ਸਕੇ ਜਰੂਰ ਸਰ ਇਹ ਚੀਜ਼ ਤਾਂ ਇਹ ਸਾਨੂੰ ਸਾਨੂੰ ਦੇਖੋ ਐਸੇ ਸ਼ਿਕਵਾ ਲੈ ਕੇ ਆਸੀ ਗਰੀਬੀ ਕੱਟ ਲਈ ਸਰ ਭਾਈ ਸਾਹਿਬ ਦੇ ਕੇਸ ਲੜੀ ਅਸੀਂ ਆਪਣੀ ਜ਼ਮੀਨ ਵੀ ਵੇਚਤੀ ਅਸੀਂ ਕਿਸੇ ਕੋਲੇ ਮੰਗਨ ਨਹੀਂ ਗਿਆ ਕਿਸੇ ਕੋਲੇ ਇਨਸਾਫ ਮਿਲਿਆ ਇਨਸਾਫ ਤੋਂ ਸਰ ਕੀ ਮਿਲਣਾ ਇਹ ਸਾਨੂੰ ਸਾਫ਼ ਤਾਂ ਪਤਾ ਹੀ ਸਾਨੂੰ ਸਰ ਸਾਰੀ ਚੀਜ਼ਾਂ ਦਾ ਹੂੰ ਠੀਕ ਹੈ ਤੇ ਹੁਣ ਅਸੀਂ ਇੱਕ ਦੋ ਵਾਰ ਬਾਦਲ ਨੂੰ ਵੀ ਮਿਲੇ ਸਾਰੇ ਅਸੀਂ ਵੀ ਤੇਰੇ ਨਾਲ ਇਹਨਾਂ ਐਮਰਜੈਂਸੀ ਦੀ ਜੇਲ ਕੱਟੀ ਵੀ ਆ ਖੁਦ ਬਾਦਲ ਸਾਹਿਬ ਨੇ ਇਹਨਾਂ ਨੂੰ ਸਰਟੀਫਿਕੇਟ ਦਿੱਤੇ ਹੋਏ ਨੇ ਉੱਥੇ ਦੀ ਜੇਲ ਦੇ ਐਮਰਜੈਂਸੀ ਦੇ ਹੂੰ ਕਿ ਅਸੀਂ ਸਾਡਾ ਇਹਨਾਂ ਨੇ ਕੁਰਬਾਨੀ ਕੀਤੀ ਜੇਲ ਕੱਟ ਕੇ ਆਏ ਵੀ ਇੱਥੋਂ ਤੱਕ ਕਿ ਜਿਵੇਂ ਸਾਡੇ ਪਿੰਡ ਦੀ ਗੱਲ ਕਰ ਦੱਸ ਕੇ ਜੇ ਤੁਹਾਨੂੰ ਸਾਡੇ ਪਿੰਡ ਦੇ ਇੱਕ ਮੁੰਡਾ ਸ਼ਹੀਦ ਹੋਇਆ ਭਗਤ ਸਿੰਘ ਹੂੰ ਜਿਸ ਟਾਈਮ ਉਹ ਵੀ ਸਭਾ ਹੁੰਦੀ ਆ ਹਰ ਸਾਲ ਕਾਨਫਰੰਸ ਲੱਗਦੀ ਆ ਉੱਥੇ ਪਹਿਲਾਂ ਉੱਥੇ ਸਾਡੇ ਇੱਕ ਪਿੰਡ ਦਾ ਮੁੰਡਾ ਹੋਰ ਸੀਗਾ ਉਹ 84 ਵੀ ਸ਼ਹੀਦ ਹੋਇਆ ਹਾਕਮ ਸਿੰਘ ਹੂੰ ਉਸ ਵਿਚਾਰੇ ਦੇ ਬੰਦ ਬੰਦ ਇਕੱਠੇ ਹੋਏ ਸੀ ਦੇਖੇ ਹੋਏ ਸਾਰੇ ਸਰ ਗਾਰਮ ਸਰੀਏ ਕੱਟ ਕੇ ਇੱਥੋਂ ਕੱਢੇ ਵੇ ਪੁਲਿਸ ਨੇ ਹੂੰ ਸਰਿਆਂ ਉਹਨਾਂ ਦੇ ਵੀ ਬਹੁਤ ਸੀ ਇਹ ਦੇ ਕਿ ਸ਼ਹੀਦ ਕਰਿਆ ਇੱਕ ਭਾਈ ਸਾਹਿਬ ਦਾ ਨਾਮ ਆਉਂਦਾ ਸੀ ਸਰ ਹੂੰ ਉਸ ਤੋਂ ਬਾਅਦ ਇਹ ਤਿੰਨੇ ਸ਼ਹੀਦਾਂ ਦਾ ਨਾਮ ਲਿਆ ਜਾਂਦਾ ਸੀ ਸਟੇਜ ਦੇ ਉੱਪਰ ਕਿ ਦੀ ਇਸ ਪਿੰਡ ਨੇ ਤਿੰਨ ਸ਼ਹੀਦ ਪੈਦਾ ਕੀਤੇ ਨੇ ਹੂੰ ਪਰ ਜਿੱਦਨ ਸਰ ਬਾਦਲ ਦੀ ਸਰਕਾਰ ਆਈ ਇਹਨੂੰ ਤਾਂ ਸਾਡੇ ਭਰਾਵਾਂ ਦਾ ਨਾਮ ਲੈਣਾ ਵੀ ਸਟੇਜ ਤੇ ਬੰਦ ਕਰਤਾ ਕੇ ਸਿਰ ਭਗਤ ਸਿੰਘ ਦਾ ਨਾਮ ਲੱਗੂਗਾ ਹੀ ਦੂਜਿਆਂ ਦਾ ਨਾਮ ਹੀ ਨਹੀਂ ਲੈਣਾ ਸਟੇਜ 'ਤੇ ਉਹ ਤੁਸੀਂ کیا امید ਕਰ ਸਕਦੇ ਆ ਸਰ ਵੀ ਸਾਡੀ ਕੌਮ ਨੂੰ ਕੋਈ ਸਰ ਲੀਡਰ ਨਹੀਂ ਵਧੀਆ ਮਿਲਿਆ ਹੂੰ ਜਿਵੇਂ ਭਾਈ ਬੇਅੰਤ ਸਿੰਘ ਨੂੰ ਦੇਖੋ ਸਰ ਕਿੰਨੀ ਕੁਰਬਾਨੀ ਸਿੱਖ ਕੌਮ ਦੀ ਪੱਗ ਅੱਜ ਦੀ ਡੇਟ ਤੇ ਆਪਾਂ ਕਹਿੰਦੇ ਹਾਂ ਨਾ ਜਿਹਨੇ ਸਾਡਾ 84 ਦਾ ਸਾਰਾ ਕਾਲੂਕਾਰਾ ਕਰਿਆ ਉਹਨੂੰ ਖਤਮ ਕਰਕੇ ਇੱਜ਼ਤ ਰੱਖਤੀ ਸਾਡੀ ਉਹਨਾਂ ਨੇ ਵੀ ਕੌਮ ਨੇ ਕਿਸ ਨੇ ਕਿਹਾ ਦੇਖਿਆ ਸਰ ਉਹਨਾਂ ਦਾ ਜਪ ਦੇਖ ਕੇ ਉਹ ਚੀਜ਼ਾਂ ਆਂਦੀਆਂ ਮਨ 'ਚ ਦਰਦ ਤਾਂ ਆਂਦਾ ਕਿ ਸਾਡੀ ਕੌਮ ਨੇ ਲੰਗਰ ਬਹੁਤ ਲਾਲੇ ਸਰ ਹੈ ਨਾ ਹੋਰ ਬਹੁਤ ਬਹਾਵਾ ਖਟ ਲਈ ਪਰ ਆਪਣੇ ਕੌਮ ਦੇ ਸ਼ਹੀਦਾਂ ਦੇ ਬਾਰਸਰ ਨਹੀਂ ਸੰਭਾਲ ਸਕੇ ਸਰ ਸਾਡੀ ਬਸ ਸਾਹਿਤੀ ਦਾ ਦੁਕਾਨ ਦਾ ਅਸੀਂ ਆਪਣੇ ਸ਼ਹੀਦਾਂ ਨਾਲ ਨਹੀਂ ਖੜ ਸਕੇ ਸਰ ਅੱਜ ਵੀ ਕਿਤੇ ਨਾ ਕਿਤੇ ਇਨਸਾਫ ਦੀ ਉਡੀਕ ਹੈ ਵੀ ਜੇ ਕੋਈ ਉਪਰਾਲਾ ਬਣੇ ਜਿਸ ਤਰੀਕੇ ਦੇ ਨਾਲ ਹੋਰ ਕੇਸ ਓਪਨ ਹੋ ਰਹੇ ਨੇ ਕਿ ਤੁਹਾਡਾ ਵੀ ਦੁਆਰੇ ਕੇਸ ਓਪਨ ਹੋਵੇ ਇਨਸਾਫ ਹੋਣਾ ਸਰ ਅਸੀਂ ਵੀ ਇਹ ਉਮੀਦ ਕਰਦੇ ਹਾਂ ਅੱਜ ਵੀ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਹਾਈ ਕੋਰਟ ਤੱਕ ਵੀ ਕੇਸ ਲੜਿਆ ਪਰ ਸਬਸ ਅਸੀਂ ਹੁਣ ਡੀਜੀਪੀ ਵੀ ਜਿਹੜੇ ਸਰਕਾਰ ਨੇ ਲਗਾਏ ਇਹੋ ਜਿਹੇ ਬਹੁਤ ਸਾਰੇ ਅਫਸਰ ਜਿਹੜੇ ਹਜੇ ਵੀ ਬੈਠੇ ਹੋਏ ਨੇ ਹਾਂ ਸਰ ਡੀਜੀਪੀ ਸਾਡੇ ਸਾਹਮਣੇ ਬੈਠਾ ਹੋਇਆ ਸਰ ਕੁਆਲਿਫਾਈਡ ਸੋਤਦਾ ਸਰ ਇਹਨੇ ਉੱਥੇ ਬਹੁਤ ਮੁੰਡੇ ਸ਼ਹੀਦ ਕਰੇ ਨੇ ਸਾਡੇ ਮੀਰੀਟ ਕੋਟ ਲਈ ਸਾਡੇ ਸੰਗਰੂਹ ਦੇ ਏਰੀਏ ਦੇ ਸਰ ਇਹਨਾਂ ਨੇ ਆਰਾਮ ਸਿੰਘ ਦੀ ਸ਼ਹੀਦੀ ਤੋਂ ਬਾਅਦ ਡਾਇਰੈਕਟ ਇਹ ਐਸਐਸਪੀ ਬਣਿਆ ਸੀ ਹੂੰ ਆਰਾਮ ਸਿੰਘ ਦੀ ਸ਼ਹੀਦ ਕਰਨ ਤੋਂ ਬਾਅਦ ਇਹ ਉਸ ਤੋਂ ਉਦੋਂ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਬਣਿਆ ਉੱਥੇ ਨੂੰ ਐਸਐਸਪੀ ਲਗਾਇਆ ਗਿਆ ਨਾਲ ਦੀ ਨਾਲ ਹੀ ਵੀ ਹਾਂ ਤੂੰ ਬਹੁਤ ਵੱਡੀ ਗੱਲ ਕਰੀ ਹੈਗੀ ਕਿਉਂ ਆਰਾਮ ਸਿੰਘ ਤੋਂ ਡਰ ਬਹੁਤ ਸੀ ਲੋਕਾਂ ਨੂੰ ਸਰ ਜਿਵੇਂ ਭਾਈ ਖਰੜੀ ਦਾ ਡਰ ਸੀ ਹਰ ਇੱਕ ਹਰ ਇੱਕ ਨੂੰ ਡਰ ਇਹਦਾ ਕਿ ਪੂਰੇ ਸਾਡੇ ਟੀਜਲੇ ਵਿੱਚ ਦੇਖਿਆ ਜਾਵੇ ਜਿੰਨੇ ਵੀ ਮੁੰਡੇ ਸ਼ਹੀਦ ਕਰੇ ਇਹਨੇ ਸਾਰਿਆਂ ਦੀਆਂ ਫੈਲਾਂ ਕੱਢੀਆਂ ਹਮ ਸਾਰਿਆਂ ਨੇ ਕੇਸ ਰੀਓਪਨ ਕਰੇ ਉਹਨਾਂ ਨੇ ਕੇਸ ਵੀ ਪਾਏ ਉਹ ਸਾਰਿਆਂ ਤੋਂ ਪੁਲਿਸ ਡਰਦੀ ਸੀ ਇਹਨਾਂ ਤੋਂ ਇਹ ਕਲਮ ਤੋਂ ਬਹੁਤ ਡਰਦੀ ਸੀ ਹਮ ਇਹਨੂੰ ਬਹੁਤ ਤੁਹਾਡੇ ਪਹਿਲਾਂ ਕਹਿੰਦੇ ਵੀ ਸੀ ਕਿ ਤੂੰ ਇਹ ਨਾਂ ਲਿਖ ਸਾਡੇ ਬਾਰੇ ਪਰ ਇਹ ਕਹਿੰਦਾ ਸੀ ਵੀ ਨਹੀਂ ਮੈਂ ਮਰਨਾ ਤਾਂ ਹੈ ਹੀ ਇੱਕ ਦਿਨ ਦੁਨੀਆ ਤੇ ਇੱਕ ਵਾਰ ਜੋ ਆਇਆ ਕੁਝ ਕਰਕੇ ਜਾਣਾ ਚਾਹੀਦਾ ਸਾਨੂੰ ਹਮ ਕਿ ਉਹ ਚੀਜ਼ਾਂ ਸੀ ਸਾਰਿਆਂ ਵਿੱਚ ਅਖੀਰ ਦੇ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕੀ ਅੱਜ 84 ਦਾ ਜਦੋਂ ਆ ਮਹੀਨਾ ਆਉਂਦਾਗਾ ਉਹ ਤਸਵੀਰ ਆਉਂਦੀ ਹੋਊਗੀ ਅੱਖਾਂ ਸਾਹਮਣੇ ਪਰਿਵਾਰ ਕਿਵੇਂ ਇਹਨਾਂ ਦਿਨਾਂ ਨੂੰ ਇਹ ਸਮਾਂ ਕਿਵੇਂ ਲੰਘਾਉਂਦਾਗਾ ਸਰ ਇਹ ਸਮਾਂ ਤੋਂ 36 ਗੱਲ ਦਿੱਸੀ ਡਿਸਟ੍ਰਿਕਟ ਤੋਂ ਜੂਨ ਸ਼ੁਰੂ ਹੋ ਜਾਂਦੀ ਹੈ ਬਹੁਤ ਵੀ ਕੁਝ ਬਿਆਨ ਨਹੀਂ ਕਰ ਸਕਦੇ ਉਹ ਚੀਜ਼ਾਂ ਨੂੰ ਉਹ ਵੀ ਮੋੜ ਮੋੜ ਤਰੀਸ ਕਿਉਂਕਿ ਇੱਕ ਮਹੀਨਾ ਜੋ ਭਾਈ ਸਾਹਿਬ ਉਹ ਤੋਂ ਬਿਨਾਂ ਅਸੀਂ ਕੱਟਿਆ ਤੁਹਾਡੇ ਨਾਲ ਜਿਆਦਾ ਨੇੜਤਾ ਸੀ ਭਾਈ ਸਾਹਿਬ ਦੀ ਹਾਂਜੀ ਤੁਹਾਡੇ ਨਾਲ ਜਿਆਦਾ ਨੇੜਤਾ ਸੀਗੀ ਸਰ ਮੈਂ ਪਰਿਵਾਰ ਛੋਟਾ ਸੀ ਸਭ ਤੋਂ ਹੂੰ ਇਸ ਕਰਕੇ ਮੈਨੂੰ ਆਪਣੇ ਬੱਚੇ ਮੈਨੂੰ ਮੰਨਦੇ ਸੀ ਮੈਨੂੰ ਹੂੰ ਦੇਖ ਭਰਾ ਲੱਗ ਹੁੰਦਾ ਕਹਿੰਦੇ ਵੱਡਾ ਭਰਾ ਪਿਓ ਵਰਗਾ ਵੀ ਹੁੰਦਾ ਮੈਨੂੰ ਇਹ ਗੱਲ ਕਹਿੰਦੇ ਤੂੰ ਪਿਓ ਤੋਂ ਚੀਜ਼ ਨਹੀਂ ਮੰਗਣੀ ਮੈਥੋਂ ਚੀਜ਼ ਮੰਗਣੀ ਜੋ ਵੀ ਤੂੰ ਲੈਣੀ ਹੈ ਮੈਥੋਂ ਮਾਣ ਪਾਪ ਹੋ ਰਿਹਾ ਮੈਂ ਦੇਖ ਰਿਹਾ ਹੁਣ ਵੀ ਅੱਖਾਂ ਪਰ ਆ ਰਹੀਆਂ ਵੀ ਉਹ ਹੀ ਗੱਲ ਦੱਸ ਰਿਹਾ ਜਿਸ ਟਾਈਮ ਉਹ ਮਹੀਨਾ ਸੀ ਨਾ ਸਰ 1 ਜੂਨ ਦਾ ਸਾਡੇ ਵਾਸਤੇ ਵੀ 1 ਜੂਨ ਗਏ ਉਹ ਜੁਲਾਈ 'ਚ ਸਾਨੂੰ ਘਰ-ਪਾਸ ਪਤਾ ਲੱਗਿਆ ਕਿ ਜਿੰਦਾ ਹੈਗੇ ਜੁਲਾਈ ਵਿੱਚ ਉਹ ਹੂੰ ਉਹ ਮਹੀਨਾ ਐਸਾ ਸੀ ਕਿ ਅਸੀਂ ਪੂਰਾ ਪਰਿਵਾਰ ਸੀ ਇੱਕ ਦੂਜੇ ਨਾਲ ਅੱਖਾਂ ਨਹੀਂ ਮਿਲਾਉਂਦੇ ਸੀ ਹੂੰ ਕਿਉਂਕਿ ਹਰ ਇੱਕ ਇੱਕ ਦੂਜੇ ਤੋਂ ਚੋਰੀ ਰੋਦਾ ਰਹਿੰਦਾ ਸੀ ਹੂੰ ਦੂਜੇ ਭਰਾ ਮੈਥੋਂ ਚੋਰੀ ਮਾਂ ਮੈਥੋਂ ਚੋਰੀ ਭੈਣ ਮੇਰੀ ਆਪਣੇ ਅਲੱਗ ਵੀ ਸਿੱਕ ਦੂਏ ਤਾਂ ਸਾਹਮਣੇ ਨਹੀਂ ਹੁੰਦੇ ਸੀਗੇ ਹੂੰ ਸਾਹਮਣੇ ਹੋਣਗੇ ਤਾਂ ਪਤਾ ਲੱਗੂ ਕਿ ਦੂਜੇ ਇਹ ਤਰ੍ਹਾਂ ਸੀ ਸਾਡੇ ਮਨ ਚੋਂ ਗੱਲਾਂ ਹੁੰਦੀਆਂ ਸੀ ਕਿ ਪਤਾ ਨਹੀਂ ਕਿ ਉਹ ਹੈ ਵੀ ਜਾਂ ਨਹੀਂ ਹੈਗੇ ਉਹ ਚੀਜ਼ਾਂ ਦੀ ਵੀ ਉਹ ਸਾਡੇ ਵਾਸਤੇ ਹੁਣ ਵੀ ਚੀਜ਼ਾਂ ਦਵਾਉਂਦਾ ਜੋ ਉਹ ਸਾਰੀਆਂ ਚੀਜ਼ਾਂ ਸਾਰੀਆਂ ਰਿਪੀਟ ਹੁੰਦੀਆਂ ਸਾਨੂੰ ਸਭ ਕੋਲ ਇਹ ਜਿਹੜੇ ਜ਼ਖਮ ਨੇ ਲੱਗਦਾ ਭਾਈ ਸਾਹਿਬ ਕਦੇ ਭਰੇ ਜਾਣਗੇ ਇਹ ਸਰ ਹੁਣ ਤਾਂ ਦੇਖੋ ਇੱਕੋ ਹੀ ਉਮੀਦ ਆ ਕੋਈ ਸੰਤਾਂ ਵਰਗਾ ਕੋਈ ਸੰਤ ਆਵੇ ਸਾਨੂੰ ਹੂੰ ਹਨਾ ਵੀ ਬਾਕੀ ਉਹ ਹੀ ਕੌਮ ਨੂੰ ਸੰਭਾਲ ਸਕਦਾ ਆ ਕਿ ਸਰ ਕੋਈ ਹੂੰ ਵੀ ਬਾਕੀ ਜੋ ਲੀਡਰ ਆ ਸਰ ਇਹਨਾਂ ਪਰ ਤੋਂ ਕਿਸੇ ਨੂੰ ਕੋਈ ਉਮੀਦ ਨਹੀਂ ਕਿਉਂਕਿ ਤਾਂ ਆਪਣੇ ਸਿਰਫ ਹੋਰ ਪਾਸੇ ਨੂੰ ਤੁਰ ਗਏ ਜਿਸ ਪਾਸੇ ਜਾਣਾ ਚਾਹੀਦਾ ਸੀਗਾ ਜੋ ਅਕਾਲੀ ਦਲ ਦਾ ਨਾਮ ਸੀਗਾ ਕੱਲ ਦਾ ਨਾਮ ਕੁਝ ਹੋਰ ਹੀ ਨਾਮ ਸੀਗਾ ਸਰ ਅਕਾਲੀ ਫੂਲਾ ਸਿੰਘ ਵਰਗੇ ਅਕਾਲੀ ਸੀ ਸਰ ਜਿਹੜੇ ਅੱਜ ਅਕਾਲੀ ਇਹਨਾਂ ਨੂੰ ਅਸੀਂ ਅਕਾਲੀ ਥੋੜੀ ਕਹਿ ਸਕਦੇ ਸਰ ਇਹਨਾਂ ਨੂੰ ਜੀ ਉਹ ਸਿਰਫ ਗੋਲਕਾਂ ਖਾਨ ਪਿੱਛੇ ਹੁਣ ਦੇਖੋ ਦੂਜੀ ਗੱਲ ਆਂਦੀ ਸਰ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਹਨ ਇਹ ਨਸੱਤਰ ਸਿੰਘ ਪਹਿਲਵਾਨੀਆਂ ਸਾਡੇ ਪਿੰਡ ਦਾ ਹੀ ਸੀਗਾ ਭਾਈ ਸਾਹਿਬ ਨੇ ਉਹਦਾ ਵੀ ਜ਼ਿਕਰ ਕਰਿਆ ਵਿਆ ਇਹਦੇ ਵਿੱਚ ਅਖੀਰ ਡੇਟਾ ਨੀਲਾ ਤਾਰ ਜੋਰਨ ਲਿਖਿਆ ਵਿੱਚ ਉਹ ਕਹਿੰਦੇ ਹੱਥ ਖੜੇ ਕਰਕੇ ਲੋਂਗੋ ਵਾਲੋਂ ਦੇ ਮਗਰ ਨਿਕਲਿਆ ਸੀਗਾ ਇਹ ਜਦੋਂ ਲੋਂਗੋ ਵਾਲੋਂ ਹੀ ਮੇਨ ਮੇਨ ਸੀਗੇ ਉਹਨਾਂ ਨੂੰ ਫੜ ਕੇ ਟੋੜੇ ਨੂੰ ਫੜ ਕੇ ਤਾਂ ਆਰਮੀ ਅੱਗੇ ਲੈ ਗਏ ਹੁਣ ਇਹਨਾਂ ਦੇ ਮਗਰ ਉਹਨਾਂ ਦੇ ਗੋਲਕ ਤੋੜ ਲਿਖਿਆ ਹੋਇਆ ਇਹਨਾਂ ਨੂੰ ਗੋਲਕ ਤੋੜਾਣਾ ਨਹੀਂ ਸੀ ਇਹ ਨਸੱਤਰ ਸਿੰਘ ਪਹਿਲਵਾਨੀ ਹੋਰੀ ਠੀਕ ਹੈ ਇਹ ਜੋ ਲੈ ਕੇ ਉਹਨੂੰ ਪਿਸਾ ਫਟਾ ਕੇ ਜਿੱਥੇ ਦੱਸਿਆ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਉੱਥੇ ਲਾਸਾ ਲਗਾ ਕੇ ਉੱਪਰ ਬੰਬ ਸਿੱਟ ਕੇ ਗੋਲੀਆਂ ਚ ਲਾ ਕੇ ਮਾਰ ਦਿੰਦੇ ਸੀ। ਹੂੰ। ਉੱਥੇ ਹੱਥ ਖੜੇ ਕਰਕੇ ਉਹ ਬੰਦਾ ਨਿਕਲਿਆ ਸੀਗਾ ਉਹ ਵਿੱਚ ਆ ਕੇ ਉੱਥੇ ਆ ਕੇ ਮਰ ਗਿਆ ਉਹ ਆ ਕੇ ਉਹ। ਵੀ ਹੁਣ ਉਹਨਾਂ ਨੂੰ ਤੁਸੀਂ ਕੁਰਬਾਨੀਆਂ ਨਹੀਂ ਕਹਿ ਸਕਦੇ ਨਾ ਤੀਜਾਂ ਨੂੰ ਤੁਸੀਂ। ਜੀ। ਜੋ ਤਾਂ ਬਾਦਲ ਉਹਨਾਂ ਦੇ ਮਾਂ ਕਰੇ ਨਾ ਮਗਰ ਹੱਥ ਖੜੇ ਕਰਕੇ ਨਿਕਲੇ ਹੋਏ ਸੀਗੇ। ਹੂੰ। ਉਹਨਾਂ ਨੂੰ ਤੁਸੀਂ ਕਿੱਥੇ ਪੇਚਾਰ ਰਹੇ ਹੋ ਅੱਜ ਹਨਾ? ਸਿਰਫ ਕਿਹਾ ਕਿ ਉਹ ਇਹਨਾਂ ਦੇ ਟੌਟ ਸੀਗੇ ਅਸੀਂ ਸਰ ਸੱਚੇ ਪੁੱਕੇ ਸੀਗੇ। ਜਾਇ ਇਹ ਲਾ ਲੋਗੇ ਘਰ 'ਚ ਗਰੀਬੀ ਸੀ ਅਸੀਂ ਉਹ ਚੀਜ਼ ਨੂੰ ਸਾਲ ਨਹੀਂ ਪਾਇ ਆਪਣੇ ਨੂੰ। ਜੀ। ਤਾਂ ਬਿਲਕੁਲ ਇਹ ਸੰਤਾਪ ਪੰਜਾਬ ਦੇ ਬਹੁਤ ਸਾਰੇ ਘਰਾਂ ਨੇ ਹੰਡਾਇਆ ਇਹ ਜਖਮ ਨੇ ਜੂਨ ਮਹੀਨੇ ਦੇ ਦੌਰਾਨ ਕੇਂਦਰ ਦੇ ਵੱਲੋਂ ਦਿੱਤੇ ਗਏ ਦਿੱਲੀ ਦੇ ਵੱਲੋਂ ਦਿੱਤੇ ਗਏ ਇਹ ਜ਼ਖਮ ਕਦੇ ਵੀ ਹਰੇ ਨਹੀਂ ਹੋ ਸਕਦੇ ਭਰੇ ਨਹੀਂ ਜਾਣਗੇ ਇਹ ਜ਼ਖਮ ਇਸੇ ਤਰ੍ਹਾਂ ਹਰੇ ਰਹਿਣਗੇ ਜਦੋਂ ਵੀ ਜੂਨ ਮਹੀਨਾ ਆਊਗਾ ਜਦੋਂ ਵੀ 1 ਜੂਨ ਆਊਗੀ 4 ਜੂਨ ਆਊਗੀ 6 ਜੂਨ ਆਊਗੀ ਸਿੱਖਾਂ ਦੇ ਹਿਰਦੇ ਇਸੇ ਤਰ੍ਹਾਂ ਬਲੁੰਦਰੇ ਰਹਿਣਗੇ ਜੇ ਇਨਸਾਫ ਦੇ ਸਕਦਾ ਹੈ ਤਾਂ ਕੋਈ ਉਹ ਹੁਣ ਇੰਜ ਲੱਗਣ ਲੱਗ ਗਿਆ ਕਿ ਪ੍ਰਮਾਤਮਾ ਹੀ ਕਰੂਗਾ ਕੋਈ ਕਲਾ ਵਰਤੂਗੀ ਕੋਈ ਸੰਤਾਂ ਵਰਗੇ ਫੇਰ ਆਉਣਗੇ ਅੱਜ ਹਰ ਇੱਕ ਸਿੱਖ ਜਿਨ੍ਹਾਂ ਦੇ ਇਸ ਤਰੀਕੇ ਦੇ ਨਾਲ ਜਿਹੜੇ ਪਰਿਵਾਰਕ ਮੈਂਬਰ ਘਰਾਂ ਤੋਂ ਚਲੇ ਗਏ ਵਾਪਸ ਨਹੀਂ ਪਰਤੇ ਉਹ ਅੱਜ ਇਹ ਹੀ ਉਮੀਦ ਕਰ ਰਹੇ ਨੇ ਅੱਗੇ ਫੇਰ ਕਿਸੇ ਹੋਰ ਪਰਿਵਾਰ ਦੇ ਨਾਲ ਕੋਈ ਹੋਰ ਇਸ ਤਰੀਕੇ ਦੀ ਕਹਾਣੀ ਜਿਹੜੀ ਕਿਤਾਬਾਂ ਦੇ ਪੰਨਿਆਂ ਦੇ ਅੰਦਰ ਧੂੜਾਂ ਦੇ ਹੇਠਾਂ ਦੱਬੀ ਰਹੀਗੀ ਉਹ ਤੁਹਾਡੇ ਤੱਕ ਅਸੀਂ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਐਸਐਮਟੀਵੀ ਨੂੰ ਤੁਸੀਂ ਜੋ ਪਿਆਰ ਦੇ ਰਹੇ ਹੋ ਉਹਦੇ ਲਈ ਬਹੁਤ ਬਹੁਤ ਧੰਨਵਾਦ